ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਜਨ ਜਾਨੋ ਕਿਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸਬਦ ਸੁਰਤ ਕੀ ਨੀਵ ਰਖਾਈ ਨਾਨਕ ਨਾਮ ਨਿਰੰਜਨ ਜਨ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਰਸਨਾ ਕਰੋ, ਪਵਿੱਤਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ, ਤਿਨ੍ਹਾਂ ਦੀ ਉਸਤਤ ਦੇ ਵਿੱਚ, ਗੁਰਬਾਣੀ ਦੇ ਵਿੱਚ ਇਹ ਬਚਨ ਅੰਕਿਤ ਕੀਤੇ ਨੇ। ਮਨਸਾ ਕਰ ਸਿਮਰੰਤ ਤੁਜੈ ਨਾਰ, ਕਾਮ ਕ੍ਰੋਧ ਮਿਟਿਓ ਜੋ ਤਿਣਮ। ਜਿਹਨੇ ਮਨ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਯਾਦ ਕੀਤਾ, ਮਨ ਦੇ ਸਭ ਤੋਂ ਵੱਡੇ ਰੋਗ ਕਾਮ ਅਤੇ ਕ੍ਰੋਧ ਉਹਦੇ ਖਤਮ ਹੋਏ। ਮਨ ਤੋਂ ਬਾਅਦ ਆਉਂਦੀ ਹੈ ਵਾਰੀ ਸਾਡੇ ਸਰੀਰ ਦੇ ਅੰਦਰ ਜਵਾਨ ਦੀ, ਕਿਉਂ ਮਨ ਕਰਕੇ ਯਾਦ ਕਰਨਾ ਬੜਾ ਔਖਾ ਹੈ, ਮਨ ਮਾਰਨਾ ਵੀ ਬੜਾ ਕਠਿਨ ਹੈ। ਜਿਵੇਂ ਇੱਕ ਦੋਹਰਾ ਪੜ੍ਹਦੇ ਹੁੰਦੇ ਨਾ ਬੜੇ ਚੰਗੇ ਵਿਦਵਾਨ ਗੁਰੂ ਘਰ ਦੇ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਮਨ ਨੂੰ ਮਾਰਦੇ ਮਾਰਦੇ ਸਾਰੇ ਧਰਮਾਂ ਵਾਲੇ ਆਪ ਮਰ ਗਏ, ਮਰੇ ਨਹੀਂ ਮਰਿਆ। ਚਲੋ ਮਹਾਰਾਜ ਕਹਿੰਦੇ ਜੇ ਤੁਸੀਂ ਮਨ ਕਰਕੇ ਨਹੀਂ ਯਾਦ ਕਰ ਸਕਦੇ ਤਾਂ ਜ਼ਬਾਨ ਨਾ ਕਰੋ। ਜ਼ਬਾਨ ਦੇ ਨਾਲ ਵੀ ਯਾਦ ਕਰਨ ਦਾ ਬੜਾ ਵੱਡਾ ਫਲ ਹੈ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਅੰਕਿਤ ਕੀਤਾ ਹੈ, ਵਾਚਾ ਕਰ ਸਿਮਰੰਤ ਤੁਜੈ, ਤਿੰਨ ਦੁੱਖ ਦਰਿੱਦਰ ਮਿਟਿਓ ਜੋ ਖਿਣੰ। ਜਿਹੜਾ ਸਿਰਫ ਜ਼ਬਾਨ ਕਰਕੇ ਹੀ ਜਪਦਾ ਰਿਹਾ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰਾ ਨਾਮ ਜਪਣ ਕਰਕੇ ਉਹਨਾਂ ਦੇ
ਦੁੱਖ ਦਰਿੱਦਰ ਮਿਟ ਗਏ ਇੱਕ ਖਿੰਡ ਦੇ ਵਿੱਚ। ਅੱਖ ਚਮਕਣ ਦੇ ਸਮੇਂ ਦੇ ਵਿੱਚ ਹੀ ਤੂੰ ਮੇਟ ਦਿੱਤੇ, ਜ਼ਬਾਨ ਤੋਂ ਬਾਅਦ ਆਉਂਦੀ ਹੈ ਸਰੀਰ ਦੀ ਵਾਰੀ। ਮਨ ਤਾਂ ਪਹਿਲਾਂ ਵੀ ਨਹੀਂ ਯਾਦ ਕਰਦਾ, ਜ਼ਬਾਨ ਦੇ ਨਾਲ ਵੀ ਜਪਣਾ ਬੜਾ ਔਖਾ ਹੈ। ਪਤਾ ਨਹੀਂ ਕੀ ਮਹਾਰਾਜ ਦੀ ਕਰੋਪੀ ਹੈ, ਗੱਲਾਂ ਕਰਨੀਆਂ ਹੋਣ ਤੇ 3 ਘੰਟੇ ਵੀ ਲੰਘ ਜਾਂਦੇ। ਨਾਮ ਜਪਣਾ ਹੋਵੇ ਸਹੀ ਮਾਇਨੇ 'ਚ ਤੇ 5 ਮਿੰਟ ਵੀ ਜਪਣਾ ਔਖਾ, ਸਹੀ ਮਾਇਨੇ 'ਚ। ਅੱਜ ਕੱਲ੍ਹ ਤਾਂ ਸਿੱਖ ਐਡਵਾਂਸ ਬੜੇ ਹੋ ਗਏ ਨਾ, ਅੱਖਾਂ ਨਾਲ ਦੁਨੀਆ ਦੇਖੀ ਜਾਂਦੇ, ਜ਼ਬਾਨ ਨਾਲ ਨਾਮ ਜਪੀ ਜਾਂਦੇ, ਹੱਥ ਨਾਲ ਮਾਲਾ ਵੀ ਕਈ ਫੇਰੀ ਜਾਂਦੇ, ਔਰ ਨਾਲ ਇੱਕ ਹੱਥ ਦੇ ਨਾਲ ਫੋਨ ਵੀ ਦੇਖ ਲੈਂਦੇ, ਬੜੇ ਕੰਮ ਕਰ ਲੈਂਦੇ। ਪਰ ਪੁਰਾਣੇ ਗੁਰਸਿੱਖ ਖੇਡੇ ਐਡਵਾਂਸ ਨਹੀਂ ਸੀ, ਉਹ ਇੱਕ ਟਾਈਮ ਇੱਕ ਕੰਮ ਹੀ ਕਰਦੇ ਸੀ, ਜੇ ਨਾਮ ਜਪਣਾ ਨਾਮ ਜਪੋ, ਗੱਲ ਕਰਨੀ ਗੱਲ ਕਰੋ। ਪਰ ਆਪਾਂ ਤਾਂ ਸਾਰਾ ਕੁਝ ਇੱਕੇ ਟਾਈਮ ਕਰ ਲੈਂਦੇ। ਬਾਅਦ 'ਚ ਸਰੀਰ ਦੀ ਵਾਰੀ ਆਉਂਦੀ ਹੈ ਤਾਂ ਮਹਾਰਾਜ ਜੀ ਕਹਿੰਦੇ ਕਰਮ ਕਰ ਤੋ ਦਰਸ ਪਰਸ, ਸਰੀਰ ਦੇ ਨਾਲ ਚੱਲ ਕੇ ਜੇ ਕਿਸੇ ਨੇ ਤੇਰੇ ਦਰਸ਼ਨ ਕੀਤੇ, ਤੇਰੀ ਸੰਗਤ ਵਿੱਚ ਆਣ ਕੇ ਬਹਿ ਗਿਆ, ਜਾਂ ਹੱਥਾਂ ਦੇ ਨਾਲ ਸੇਵਾ ਕੀਤੀ ਪਰਸਨ ਕੀਤਾ, ਪਾਰਸ ਸਰ ਉਹ ਪਾਰਸ ਦੇ ਬਰਾਬਰ ਸੀ। ਜਿਵੇਂ ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਜਿਹੜਾ ਪੈਰਾਂ ਨਾਲ ਤੁਰ ਕੇ ਤੇਰੀ ਸੰਗਤ ਵਿੱਚ ਬੈਠਿਆ ਉਹ ਵੀ ਤੇਰੇ ਦਰ 'ਤੇ ਕਬੂਲ ਹੋਇਆ, ਜਿਹਨੇ ਹੱਥਾਂ ਨਾਲ ਸੇਵਾ ਕਰ ਲਈ ਉਹ ਵੀ ਤੇਰੇ ਦਰ 'ਤੇ ਕਬੂਲ ਹੋਇਆ। ਬਲ ਭੱਟ ਜਸ ਗਾਇਓ, ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ। ਧੰਨ ਗੁਰੂ ਰਾਮਦਾਸ ਸਾਹਿਬ, ਮੈਂ ਤੇਰੀ ਜੈ ਜੈਕਾਰ ਕਰਦਾ, ਮੈਂ ਤੇਰੇ ਨਾਮ ਦਾ ਹੀ ਜੈਕਾਰਾ ਲਾਉਣਾ ਵਾ, ਕਿਉਂਕਿ ਤੁਸੀਂ ਉਸ ਪਦਵੀ ਨੂੰ ਪ੍ਰਾਪਤ ਕੀਤਾ ਜਿਹਨੂੰ ਰੱਬ ਕਹਿੰਦੇ ਨੇ, ਵਾਹਿਗੁਰੂ ਕਹਿੰਦੇ ਨੇ। ਸਤਿਗੁਰੂ ਜੀ ਦੀ ਉਸਤਤ ਦੇ ਵਿੱਚ ਭੱਟ ਸਾਹਿਬਾਨ ਨੇ ਬੜੇ ਪਵਿੱਤਰ ਬਚਨ ਉਚਾਰਨ ਕੀਤੇ ਨੇ। ਸਭ ਤੋਂ ਔਖਾ ਕੰਮ ਹੈ ਉਸਤਤ ਕਰਨਾ। ਕਿਸੇ ਨੂੰ ਸਪੀਕਰ ਫੜਾ ਦਿਓ, ਕਿਸੇ ਸਮਾਗਮ 'ਤੇ ਕਹੋ 5 ਮਿੰਟ ਬੋਲ, ਉਹਦੇ ਸ਼ਬਦ ਮੁੱਕ ਜਾਂਦੇ ਨੇ, ਉਹ ਸੋਚੀ ਪੈ ਜਾਂਦਾ ਵੀ ਹੁਣ ਕੀ ਬੋਲਾਂ। ਵੈਸੇ ਅੱਜ ਕੱਲ੍ਹ ਨਾ ਧਾਰਮਿਕ ਬੰਦਿਆਂ ਵਿੱਚ ਨੁਕਤਾਚੀਨੀ ਦੀ ਰੁਚੀ ਬਹੁਤ ਵੱਧਦੀ ਜਾਂਦੀ ਹੈ।
ਸਿਮਰਨ ਘੱਟ ਕਰਦੇ ਆ, ਸੇਵਾ ਘੱਟ ਕਰਦੇ, ਨੁਕਤਾਚੀਨੀ ਬਹੁਤ ਕਰਦੇ। ਵੈਸੇ ਗੁਰਬਾਣੀ ਵਿੱਚ ਸਾਰੇ ਧਰਮ ਦੇ ਗ੍ਰੰਥਾਂ ਦਾ ਸਤਿਕਾਰ ਹੈ। ਮਹਾਰਾਜ ਕਹਿੰਦੇ ਵੇਦ ਕੁਰਾਨ ਜਾਂ ਕਿਤੇਬ ਕੋਈ ਵੀ, ਇਹਨਾਂ ਨੂੰ ਸੱਜਣਾ ਕਦੀ ਮਾੜਾ ਨਾ ਕਹਿ। ਗੁਰਬਾਣੀ ਮੁਤਾਬਕ ਜਿਹਨੂੰ ਤੁਸੀਂ ਮੱਥਾ ਟੇਕਦੇ, ਬਚਨ ਆਵੇਗਾ ਵੇਦ ਕਿਤੇਬ ਕਹੋ ਮਤ ਝੂਠੇ। ਵੇਦਾਂ ਕਿਤੇਬਾਂ, ਵੇਦ ਹਿੰਦੂ ਧਰਮ ਦੇ, ਕਿਤੇਬ ਮੁਸਲਮਾਨ ਧਰਮ ਦੇ, ਦੋਵਾਂ ਦੀ ਗੱਲ ਚੱਲਦੀ ਪਈ ਹਿੰਦੂ ਮੁਸਲਮਾਨ ਦੀ। ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਝੂਠਾ ਬੰਦਾ ਉਹ ਹੈ ਜਿਹੜਾ ਪੜ੍ਹ ਕੇ ਅਸਰ ਨਹੀਂ ਕਰਦਾ। ਗ੍ਰੰਥਾਂ ਨੂੰ ਝੂਠਾ ਨਾ ਕਹਿ। ਕਹਿੰਦੇ ਚਾਰ ਵੇਦ ਨੇ, ਹੁਣ ਤੇ ਚਲੋ ਪਤਾ ਨਹੀਂ ਉਹਨਾਂ ਦਾ ਕਿੱਦਾਂ ਦਾ ਐਡੀਸ਼ਨ ਮਿਲਦਾ ਹੋਊਗਾ, ਕਿੰਨੇ ਪੇਜ ਹੋਣਗੇ। ਪੁਰਾਣੇ ਸਮੇਂ ਵਿੱਚ ਕਹਿੰਦੇ ਇੱਕ ਵੇਦ ਦਾ 100,000 ਮੰਤਰ ਸਲੋਕ ਸੀ। 100,000 ਸਲੋਕ ਉਸਤਤ ਦੇ ਵਿੱਚ ਉਚਾਰਿਆ। ਉਸਤਤ ਤੁਹਾਡੇ ਮਨ 'ਚ ਨਹੀਂ ਆਉਂਦਾ, ਇੱਥੇ ਸਪੀਕਰ ਫੜ ਕੇ ਬੋਲਣ ਦਾ ਕਿਤੇ ਯਤਨ ਕਰਿਓ, ਵੱਧ ਤੋਂ ਵੱਧ 10 ਮਿੰਟ ਬੋਲੋ, ਵੱਧ ਤੋਂ ਵੱਧ 15 ਮਿੰਟ ਬੋਲੋ। ਜਿਹੜੇ ਰੋਜ਼ ਦੇ ਅਭਿਆਸ ਕਰਦੇ ਨੇ ਬੋਲਣ ਵਾਲੇ, ਬੋਲ ਲੈਣਗੇ 5-6 ਦਿਨ, ਬਹੁਤੇ ਮਿਹਨਤੀ ਮਹੀਨਾ ਬੋਲਣਗੇ, ਫਿਰ ਉਹ ਗੱਲਾਂ ਰਿਪੀਟ ਹੋਣਗੀਆਂ। 100,000 ਮੰਤਰ ਉਸਤਤ ਦੇ ਵਿੱਚ, ਨਿੰਦਿਆ ਕਰਨੀ ਬੜੀ ਸੌਖੀ, ਉਸਤਤ ਕਰਕੇ ਦੇ। 1430 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਦੀ ਉਸਤਤ। ਅਤੇ ਤੁਸੀਂ ਹੁਣੇ ਜਦੋਂ ਭਾਈ ਸਾਹਿਬ ਜੀ ਰਸ ਭਿੰਨਾ ਕੀਰਤਨ ਕਰਦੇ ਪਏ ਸੀ, ਕਿੱਡੇ ਪਵਿੱਤਰ ਬਚਨ ਆ ਰਹੇ ਸੀ। ਤਾਰਿਆ ਜਹਾਨ ਲਹਿਆ ਅਪਮਾਨ, ਅਗਲਾ ਬਚਨ ਸੀ ਜਿਹਨੇ ਇੱਕ ਵਾਰੀ ਵੀ ਤੈਨੂੰ ਧੰਨ ਕਹਿਤਾ, ਇਹੀ ਸੀ ਨਾ। ਜਿਹਨੇ ਇੱਕ ਵਾਰੀ ਵੀ ਜ਼ੁਬਾਨ ਤੋਂ ਤੈਨੂੰ ਧੰਨ ਕਹਿਤਾ, ਉਹ ਜਮਾਂ ਦੇ ਗੇੜ 'ਚ ਨਹੀਂ ਫਿਰ। ਇੱਥੋਂ ਹੀ ਹਿਸਾਬ ਲਾ ਲਓ ਕਿ ਉਹਦੀ ਉਸਤਤ ਦੇ ਵਿੱਚ ਕਿੱਡੀ ਵੱਡੀ ਬਰਕਤ ਹੋਵੇ। ਅੱਜ ਕੱਲ੍ਹ 90% ਲੋਕ ਦੁਖੀ ਤਾਂ ਨੇ, ਇਹ ਨੈਗੇਟਿਵ ਬੋਲਦੇ ਨੇ ਔਰ ਇਹਨਾਂ ਦੀ ਥਿੰਕਿੰਗ ਵੀ ਨੈਗੇਟਿਵ ਹੀ। ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ। 90% ਲੜਾਈ ਘਰ 'ਚੋਂ ਹੈ, ਜਿਹੜਾ ਵਹਿਮ ਆ ਇੱਕ ਦੂਜੇ ਵੀ ਇਹ ਮੈਨੂੰ ਬੁਲਾਉਂਦਾ ਨਹੀਂ, ਪਤਾ ਨਹੀਂ ਕਿਹਦੇ ਨਾਲ ਗੱਲ ਕਰਦਾ ਹੋਊ, ਇਹੀ ਹੁੰਦਾ। ਇਹ ਹੁਣ ਮੈਨੂੰ ਪੁੱਛਦੀ ਨਹੀਂ, ਬਹੁਤੀ ਗੱਲ ਨਹੀਂ ਕਰਦੇ, ਸ਼ੱਕ ਆ ਵੀ ਸ਼ਾਇਦ ਹੋਰ ਕਿਸੇ ਨਾਲ ਗੱਲ ਹੋਵੇ। 90% ਸੰਸਾਰ ਵਿੱਚ ਵਹਿਮ ਦੀ ਲੜਾਈ ਜੀ ਦਾ ਇਲਾਜ ਕੋਈ ਨਹੀਂ। ਅਤੇ ਸਿਆਣੇ ਦਾਨੇ ਬੰਦੇ ਕਹਿੰਦੇ ਆ ਪੋਜ਼ੀਟਿਵ ਸੋਚੋ,
90% ਲੜਾਈ ਖਤਮ ਹੋ ਜਾਵੇ। ਸੋਚਣਾ ਔਖਾ ਹੈ, ਬੰਦੇ ਦੀ ਫਿਤਰਤ ਹੁੰਦੀ ਹੈ, ਕਈ ਸ਼ੁਰੂ ਹੀ ਉੱਥੋਂ ਕਰਦੇ ਨੇ ਫਿਰ ਸਹੀ ਪੱਖ 'ਤੇ ਆਉਂਦੇ ਨੇ, ਕਈ ਸ਼ੁਰੂ ਹੀ ਸਹੀ ਤੋਂ ਕਰਦੇ ਨੇ, ਉੱਧਰ ਜਾਣ ਦੀ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ। ਸਤਿਗੁਰੂ ਨੂੰ ਧੰਨ ਕਹਿਣ ਦਾ ਕਿੱਡਾ ਵੱਡਾ ਪੁੰਨ ਹੈ। ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਬਦ ਹੈ ਅਤੇ ਤੁਹਾਨੂੰ ਪਤਾ ਇਹ ਕਿੱਥੇ ਉਚਾਰਨ ਕੀਤਾ? ਗੋਇੰਦਵਾਲ ਸਾਹਿਬ, ਜਿੱਥੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੇ ਜ਼ਿੰਦਗੀ ਦੇ 24 ਸਾਲ ਸੇਵਾ ਵਿੱਚ ਲਾਏ ਨੇ। ਹੁਣ ਕਈ ਗੱਲਾਂ ਤਾਂ ਇਹੋ ਜਿਹੀਆਂ ਨੇ, ਆਮ ਬੰਦੇ ਯਕੀਨ ਨਹੀਂ ਕਰਦੇ। 6 ਸਾਲ ਸਿਰ ਤੋਂ ਉਹਨਾਂ ਨੇ ਮੁਡਾਸਾ ਹੀ ਨਹੀਂ ਲਾਇਆ। ਮੁਡਾਸਾ ਸਮਝਦੇ ਨਾ, ਜਿਹੜਾ ਸਿਰ 'ਤੇ ਕੱਪੜਾ ਵਲੇੜ ਲਈਦਾ ਟੋਕਰੇ ਚੁੱਕਣ ਨੂੰ। ਹੁਣ ਇਹੋ ਜਿਹੀ ਜੇ ਗੱਲ ਆਪਾਂ ਕਰਦੇ ਹਾਂ ਇਤਿਹਾਸ ਦੀ, ਆਮ ਬੰਦੇ ਬੜੀਆਂ ਨੁਕਤਾਚੀਨੀ ਵਾਲੀਆਂ ਗੱਲਾਂ ਲੱਭ ਲੈਂਦੇ। 24 ਸਾਲ ਵਿੱਚੋਂ 6 ਸਾਲ ਤਾਂ ਇੱਦਾਂ ਦੇ ਆਏ ਨੇ, ਉਹਨਾਂ ਸਿਰ ਤੋਂ ਮੁਡਾਸਾ ਲਾਹ ਕੇ ਨਹੀਂ ਦੇਖਿਆ। ਏਡੀ ਵੱਡੀ ਸੇਵਾ। ਉੱਥੇ ਚਵਾਰਾ ਸਾਹਿਬ, ਜਿੱਥੇ ਗੁਰੂ ਅਮਰਦਾਸ ਸਾਹਿਬ ਦਾ ਪਰਿਵਾਰ ਰਹਿੰਦਾ ਸੀ, ਉੱਥੇ ਗਲੀ ਦੇ ਵਿੱਚ ਬਹਿ ਕੇ ਹੱਥ ਦੇ ਵਿੱਚ ਸਾਜ ਫੜ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਰਸਨਾ ਨਾਲ, ਆਪਣੀ ਜ਼ਬਾਨ ਦੇ ਨਾਲ ਇਹ ਸ਼ਬਦ ਗਾਇਨ ਕੀਤਾ ਸੀ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ। ਅਤੇ ਹੰਕਾਰ ਕਿਹਦਾ ਲਾਇਆ ਸੀ? ਗੁਰੂ ਅਮਰਦਾਸ ਸਾਹਿਬ ਦੇ ਵੱਡੇ ਪੁੱਤ ਬਾਬੇ ਮੋਹਨ ਦਾ, ਜਿਹੜਾ ਕਿਸੇ ਨੂੰ ਕੁਝ ਨਹੀਂ ਸੀ ਸਮਝਦਾ, ਕਿਉਂ ਜਨਮ ਤੋਂ ਸਿੱਧ ਸੀ। ਔਰ 15-15 ਦਿਨ ਕਮਰੇ ਵਿੱਚ ਬੈਠਾ ਰਹਿੰਦਾ ਸੀ, ਬਾਹਰ ਨਹੀਂ ਸੀ ਨਿਕਲਦਾ। ਤਾਕਤ ਦਾ ਮਾਲਕ ਸੀ, ਸ਼ਕਤੀਆਂ ਦਾ ਮਾਲਕ ਸੀ, ਉਹ ਕਿਸੇ ਨੂੰ ਕੁਝ ਨਹੀਂ ਸੀ ਸਮਝਦਾ। ਇੱਥੋਂ ਤੱਕ ਬਾਬਾ ਬੁੱਢਾ ਸਾਹਿਬ ਨੂੰ ਵੀ ਉਹ ਕੁਝ ਨਹੀਂ ਸੀ ਸਮਝਦਾ। ਹਾਲਾਂਕਿ ਬਾਬਾ ਬੁੱਢਾ ਸਾਹਿਬ ਉਹ ਨੇ ਜਿਨ੍ਹਾਂ ਨੇ ਅੰਮ੍ਰਿਤ ਸਰੋਵਰ ਦਾ ਟੱਪ ਲਾਇਆ ਹੈ। ਗੁਰੂ ਰਾਮਦਾਸ ਸਾਹਿਬ ਨੇ ਅਰਦਾਸ ਕੀਤੀ ਅਤੇ ਕਈ ਬਾਬੇ ਬੁੱਢੇ ਨੂੰ ਬੜਾਈ ਕੇ ਤੂੰ ਲਾ, ਗੁਰਸਿੱਖ ਲਾਵੇ। ਤਾਂ ਉੱਥੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ, ਅਖੀਰਲਾ ਬੰਦ ਹੈ, ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ, ਇਹ ਪਵਿੱਤਰ ਸ਼ਬਦ। ਤਾਰਿਆ ਜਹਾਨ ਲਹਿਆ ਅਭਿਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਤਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਉਸਤਤ ਗੁਰੂ ਕਿਰਪਾ ਕਰਕੇ ਕਰਵਾਵੇ, ਗੁਰੂ ਤਰਸ ਕਰਕੇ ਕਰਵਾਵੇ, ਗੁਰੂ ਮਿਹਰ ਕਰੇ। ਭੱਟਾਂ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਕਿ ਜਿਹੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ। ਗੁਰੂ ਰਾਮਦਾਸ ਸਾਹਿਬ ਦਾ ਸਿਮਰਨ ਕੀਤਿਆਂ
ਅੱਖਾਂ ਦੇ ਵਿੱਚ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਮਿਟ ਜਾਂਦਾ ਹੈ। ਬਾਹਰਲਾ ਹਨੇਰਾ ਤਾਂ ਚਲੋ ਰੌਸ਼ਨੀ ਨਾਲ ਮਿਟਦਾ ਹੈ, ਅੱਖਾਂ ਦੇ ਵਿੱਚ ਜਿਹੜੀ ਅਗਿਆਨਤਾ ਪਈ ਹੈ ਖਤਮ ਹੁੰਦੀ। ਜੇ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋਂ ਦਿਨ ਗੁਰੂ ਰਾਮਦਾਸ ਸਾਹਿਬ ਨੂੰ ਯਾਦ ਕਰ, ਤੇਰੇ ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਬੰਦਗੀ ਭਗਤੀ ਵਧਣ ਲੱਗ ਪਏ, ਫਲੀਭੂਤ ਹੋਵੇਗੀ, ਬਹੁਤ ਜ਼ਿਆਦਾ ਵੱਧ ਜਾਵੇਗੀ। ਇੱਥੋਂ ਤੱਕ ਕਿ ਤੈਨੂੰ ਬੋਲਣਾ ਵੀ ਦੁਖੀ ਕਰਿਆ ਕਰੂਗਾ ਵੀ ਮੈਂ ਬੋਲਦਾ ਹੀ ਕਿਉਂ, ਇੱਥੋਂ ਤੱਕ ਤੈਨੂੰ ਗੱਲ ਕਰਨੀ ਵੀ ਬੇਚੈਨ ਕਰ ਦਿਆ ਕਰੂਗੀ ਵੀ ਇਹ ਗੱਲ ਕਰਕੇ ਮੇਰਾ ਸਮਾਂ ਕਿਉਂ ਖਰਾਬ ਕਰ ਦੇ, ਐਸੀ ਕਿਰਪਾ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜਿਸ ਗੁਰੂ ਦੇ ਸਿਮਰਨ ਕਰਨ ਦੇ ਨਾਲ ਹਿਰਦੇ ਵਿੱਚੋਂ ਕਾਮ ਕ੍ਰੋਧ ਲੋਭੋ ਹੰਕਾਰ ਦੀ ਅੱਗ ਨਿਕਲ ਜਾਂਦੀ, ਹਿਰਦਾ ਸ਼ਾਂਤ ਹੋ ਜਾਂਦਾ ਹੈ। ਔਖੀ ਗੱਲ ਹੈ ਬੜੀ। ਬਾਬਾ ਜੀ ਰਾਤੀ ਮਿਲੇ, ਕਹਿੰਦੇ ਘਰ ਵੀ ਛੱਡਿਆ ਮੈਨੂੰ, ਕਹਿੰਦੇ ਆਪਾਂ ਘਰ ਵੀ ਛੱਡਿਆ, ਆਪਾਂ ਪਰਿਵਾਰ ਵੀ ਛੱਡਿਆ। ਫਿਰ ਮੈਨੂੰ ਚੇਤਾ ਆਇਆ ਵੀ ਬਾਬਾ ਜੀ ਨੂੰ ਪਤਾ ਨਹੀਂ ਮੇਰਾ ਤਾਂ ਵਿਆਹ ਹੋ ਗਿਆ, ਪਰ ਉਹ ਆਪਦੀ ਮੌਤ 'ਚ ਗੱਲ ਕਰੀ ਕਿ ਮੈਂ ਸਿਰ ਹਿਲਾਈ ਗਿਆ। ਆਪਾਂ ਘਰ ਵੀ ਛੱਡਿਆ, ਪਰਿਵਾਰ ਵੀ ਛੱਡਿਆ, ਪਰ ਸ਼ਾਂਤੀ ਆਈ ਹਿਰਦੇ ਨੂੰ। ਮੈਂ ਆਖਿਆ ਮਹਾਰਾਜ ਨਹੀਂ, ਸਿੱਧੀ ਗੱਲ ਨਹੀਂ। ਕਹਿੰਦੇ ਜੇ ਸ਼ਾਂਤੀ ਨਹੀਂ ਨਾ ਹਿਰਦੇ ਨੂੰ ਆਈ, ਫਿਰ ਕੀ ਫਾਇਦਾ ਸੀ ਘਰ ਛੱਡਣ, ਕੀ ਫਾਇਦਾ ਚੂੜੇ ਪਾਉਣ ਦਾ, ਕੀ ਫਾਇਦਾ ਆਪਣੇ ਆਪ ਨੂੰ ਬਾਬੇ ਸੰਤ ਗਿਆਨੀ ਧਿਆਨੀ ਰਾਗੀ ਢਾਡੀ ਕਹਾਉਣ ਦਾ ਕੀ ਫਾਇਦਾ। ਜਿੰਨਾ ਚਿਰ ਹਿਰਦਾ ਸ਼ਾਂਤ ਨਹੀਂ ਹੈ, ਦੁਨੀਆਂ ਵਿੱਚ ਜੋ ਮਰਜ਼ੀ ਤੁਸੀਂ ਆਪਣਾ ਆਪ ਸ਼ੋ ਕਰੋ ਸੰਸਾਰ ਨੂੰ ਵੀ ਮੈਂ ਬੜਾ, ਪਰ ਜੇ ਹਿਰਦਾ ਸ਼ਾਂਤ ਨਹੀਂ ਤੇ ਅਜੇ ਤੂੰ ਧਰਮ ਦੀ ਪਹਿਲੀ ਕਲਾਸ ਵੀ ਪਾਸ ਨਹੀਂ ਕਰ ਸਕਿਆ। ਤਾਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਵਿੱਚ ਕਿੱਡੀ ਤਾਕਤ ਹੈ, ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾ, ਹਿਰਦੇ ਦੀ ਤਪਸ਼ ਬੁੱਝ ਜਾਂਦੀ। ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿੱਧ ਪਾਵੇ, ਜਿਸ ਗੁਰੂ ਦੇ ਸਿਮਰਨ ਕਰਨ ਦੇ ਨਾਲ ਬਰਕਤਾਂ ਆ ਜਾਂਦੀਆਂ, ਤਾਕਤਾਂ ਆ ਜਾਂਦੀਆਂ ਨੇ, ਗੁਰੂ ਇੱਜ਼ਤ ਰੱਖਦਾ ਆਪਣੇ ਨਾਮ ਦੀ। ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ, ਵੈਸੇ ਆ ਜਿਹੜਾ ਸ਼ਬਦ ਆ ਨਾ ਮੈਂ, ਇਹਦੀ ਵੀ ਮਨਾਹੀ ਆ ਕਥਾ 'ਚ ਬੋਲਣ ਦੀ ਵੀ ਮੈਂ ਨਹੀਂ ਕਹਿਣਾ, ਦਾਸ ਕਹੋ, ਗੁਲਾਮ ਕਹੋ, ਗੁਰੂ ਘਰ ਦਾ ਕੂਕਰ ਕਹੋ, ਪਰ ਤੁਸੀਂ ਪੁੱਛੋਗੇ ਵੀ ਫਿਰ ਕਹਿੰਦਾ ਕਿਉਂ ਮੈਂ ਵਾਰੀ ਵਾਰੀ, ਕਿਉਂ ਅਜੇ ਮੇਰੀ ਮੈਂ ਮਰੀ ਨਹੀਂ ਤੇ ਮੈਂ ਕਿੱਦਾਂ ਦਾਸ ਕਹਿਦਾ ਹੁਣ, ਜਿੱਦਣ ਦਾਸ ਬਣ ਜਾਊਗਾ ਉਦੋਂ ਦਾਸ ਕਹਿਦਾਂਗੇ, ਅਜੇ ਤੇ ਹੋਂਬੇ ਆ ਨਾ ਅੰਦਰ, ਉੱਤੋਂ ਦਾਸ ਕਹੀ ਜਾਓ, ਕੂਕਰ ਕਹੀ ਜਾਓ, ਪਤਾ ਹੀ ਹੈ ਸਾਨੂੰ ਜਿੱਡਾ ਕਿ ਦਾਸ ਹੈ, ਇਹ ਤਾਂ ਪਤਾ ਹੀ ਹੈ ਸਾਰੇ ਸੰਸਾਰ। ਜਿਹੜੇ ਅਸਲੀ ਦਾਸ ਸੀ ਨਾ ਗੁਰੂ ਰਾਮਦਾਸ ਸਾਹਿਬ ਦੇ ਘਰ ਦੇ, ਕਦੀ ਤੁਸੀਂ ਖੰਡ ਪਾਠ ਸੁਣਿਆ ਇੱਦਾਂ ਦਾ,
ਜਨਮ ਦਾ ਸੁਣਿਆ ਹੋਵੇਗਾ ਅਖੰਡ ਪਾਠ ਸਾਹਿਬ, ਵਿਆਹ ਦਾ ਸੁਣਿਆ ਹੋਵੇਗਾ, ਮਰਗ ਦਾ ਸੁਣਦੇ ਹੋ ਤੁਸੀਂ ਸਾਰੇ, ਕਾਰੋਬਾਰ ਦਾ ਹੁੰਦਾ ਹੈ, ਕਦੀ ਇੱਦਾਂ ਦਾ ਅਖੰਡ ਪਾਠ ਸੁਣਿਆ ਕਿ ਹੇ ਸੱਚੇ ਪਾਤਸ਼ਾਹ ਮੈਨੂੰ ਦੁਨੀਆਂ ਵਿੱਚ ਜਿੰਨਾ ਚਿਰ ਮੈਂ ਰਵਾਂ ਨਾ ਕੋਈ ਮੈਨੂੰ ਸੰਤ ਕਵੇ, ਨਾ ਕੋਈ ਮੈਨੂੰ ਬਾਬਾ ਕਵੇ, ਨਾ ਕੋਈ ਮੈਨੂੰ ਗਿਆਨੀ ਕਵੇ, ਨਾ ਕੋਈ ਮੈਨੂੰ ਭਾਈ ਕਵੇ, ਕਿਉਂ ਭਾਈ ਸਭ ਤੋਂ ਪਹਿਲਾਂ ਭਾਈ ਮਰਦਾਨੇ ਨੂੰ ਮਿਲਿਆ ਜਿਹਨੇ ਸਾਰੀ ਉਮਰ ਕੀਰਤਨ ਕੀਤਾ। ਭਾਈ ਦਾ ਵੀ ਮੈਂ ਹੱਕਦਾਰ ਨਹੀਂ, ਗਿਆਨੀ ਤਾਂ ਕਹਿੰਦੇ ਹੀ ਉਹਨੂੰ ਆ, ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ, ਇਹਦਾ ਵੀ ਹੱਕਦਾਰ। ਇੱਦਾਂ ਦਾ ਪਾਠ ਇੱਕ ਗੁਰਸਿੱਖ ਨੇ ਕਰਾਇਆ, ਜਿਨ੍ਹਾਂ ਦਾ ਜ਼ਿਕਰ ਮੈਂ ਕੱਲ੍ਹ ਵੀ ਕੀਤਾ ਸੀ, ਸੰਤ ਬਾਬਾ ਸ਼ਾਮ ਸਿੰਘ ਨੇ। ਉਹਨਾਂ ਨੇ ਆਖਿਆ ਗੁਰੂ ਰਾਮਦਾਸ ਸਾਹਿਬ, ਜ਼ਿੰਦਗੀ ਦੇ ਵਿੱਚ ਮੈਨੂੰ ਕੋਈ ਸੰਤ ਨਾ ਕਵੇ, ਬਾਬਾ ਨਾ ਕਵੇ, ਗਿਆਨੀ ਨਾ ਕਵੇ, ਕੀਰਤਨ ਕਰਦੇ ਸੀ ਰਾਗੀ ਨਾ ਕਵੇ। ਇੱਕ ਦਿਨ ਚਾਦਰ ਭੁੱਲ ਗਏ, ਨਾਲ ਦੇ ਨੇ ਆਖਿਆ ਜਾ ਸੰਤਾਂ ਦੀ ਚਾਦਰ ਚੁੱਕ ਕੇ ਲਿਆ, ਹੁਣ ਮੂੰਹ 'ਤੇ ਚੜ੍ਹਿਆ ਆਉਂਦਾ, ਜਾ ਸੰਤਾਂ ਦੀ ਚਾਦਰ ਚੁੱਕ ਕੇ ਲਿਆ। ਉਹਨੂੰ ਆਣ ਸੱਦ ਕੇ ਕਹਿੰਦੇ, ਹਜੇ ਕਹਿੰਦੇ ਕੱਲ੍ਹ ਅਰਦਾਸ ਕੀਤੀ, ਹਟਦਾ ਨਹੀਂ ਤੂੰ, ਹਟਦਾ ਨਹੀਂ ਤੂੰ। ਕਹਿੰਦਾ ਜੀ ਕੀ ਗਲਤੀ ਹੋ ਗਈ? ਕਹਿੰਦੇ ਤੂੰ ਕਹਿ ਦਿੰਦਾ ਵੀ ਗੁਲਾਮ ਦੀ ਚਾਦਰ ਚੁੱਕ ਕੇ ਲਿਆ, ਗੁਰੂ ਘਰ ਦੇ ਕੁੱਤੇ ਦੀ ਚਾਦਰ ਚੁੱਕ ਕੇ ਲਿਆ, ਤੂੰ ਕਹਿ ਦਿੰਦਾ ਸ਼ਾਮ ਸਿੰਘ ਦੀ ਚਾਦਰ ਚੁੱਕ ਕੇ ਲਿਆ, ਵੇ ਸੰਤ ਬਾਬਾ ਲਾਉਣ ਦੀ ਕੀ ਲੋੜ ਪਈ? ਅਸਲੀ ਸੰਤ ਦੇਖੋ, ਅਸਲੀ ਸਾਧੂ। ਉਹਨੇ ਅੱਗੇ ਹੱਥ ਜੋੜ ਕੇ ਆਖਿਆ, ਜੋ ਦਿਸ਼ਾ ਗੁਰਸਿੱਖੜਾ ਉਹ ਕਿਹੜਾ ਘੱਟ ਸੀ, ਤਿਸ ਨਿਬ ਨਿਬ ਲਾਗੋ ਪਾਏ ਜੀਓ। ਉਹਨੇ ਅੱਗਿਓਂ ਆਖਿਆ, ਬਾਣੀ ਦੀ ਪੰਕਤੀ ਪੜ੍ਹੀ, ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੇ ਏ ਕਿਸ ਬਿਨ ਕੋਏ, ਨਾਨਕ ਇਹ ਲੱਛਣ ਅਤੇ ਮੈਂ ਬਾਬਾ ਫਿਰ ਤੈਨੂੰ ਕੀ ਕਵਾਂ। ਪਰ ਅਸਲੀ ਗੁਰਸਿੱਖ ਦੀ ਭਾਵਨਾ ਵੇਖੋ, ਆਪਾਂ ਕਿੱਥੇ ਖੜੋਤੇ ਹਾਂ, ਅਸਲੀ ਸਿੱਖ ਕਿੱਥੇ ਖੜੇ ਸੀ। ਇੱਥੋਂ ਹਿਸਾਬ ਲਾ ਲਓ, ਨਿੱਕੀ ਜਿਹੀ ਗੱਲ ਹੈ ਪਰ ਇਹਦੀ ਡੂੰਘਾਈ ਬੜੀ ਹੈ, ਜੇ ਤੁਸੀਂ ਇਹਨੂੰ ਬਹਿ ਕੇ ਸੋਚੋਗੇ ਵੀ ਏਡੀ ਵੱਡੀ ਨਿਮਰਤਾ ਭਾਵਨਾ। ਧੰਨ ਗੁਰੂ ਰਾਮਦਾਸ ਸਾਹਿਬ ਦੀ ਉਸਤਤ ਕਰਦੇ ਪਏ ਹਾਂ। ਵੈਸੇ ਤਾਂ ਮੈਂ ਸ਼ਬਦ ਬੋਲਣ ਦੀ ਵੀ ਕਥਾ ਦੇ ਵਿੱਚ ਮਨਾਹੀ ਹੈ, ਹੱਥ ਮਾਰਨ ਦੀ ਵੀ ਕਥਾ 'ਚ ਮਨਾਹੀ। ਜਦੋਂ ਤੁਸੀਂ ਵੱਡੇ ਅਫਸਰ ਦੇ ਲਾਗੇ ਬਹਿੰਦੇ ਹੋ, ਉਦੋਂ ਕਦੀ ਹੱਥ ਐਂ ਕਦੀ ਐਂ ਭੰਗੜੇ ਪੈਂਦੇ ਨੇ, ਉਦੋਂ ਦੇ ਬੋਲੀ ਨਹੀਂ ਖੁੱਲ੍ਹਦੇ, ਉਹੀ ਕੰਬੀ ਜਾਂਦਾ ਖਲੋਤਾ। ਇੱਕ ਬੰਦੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਰੱਬ ਆ, ਦੂਸਰੇ ਬੰਦੇ ਹੱਥ ਇੱਦਾਂ ਮਾਰਦੇ ਜਿੱਦਾਂ ਬੀਬੀਆਂ ਬੋਲੀਆਂ ਪਾਉਂਦੀਆਂ, ਗਿੱਧਾ ਪੈਂਦਾ ਹੈ। ਇਹਦੀ ਵੀ ਕਥਾ ਵਿੱਚ ਮਨਾਹੀ ਹੈ, ਪਰ ਬੰਦੇ ਦੀ ਇੱਕ ਮਜਬੂਰੀ ਹੈ ਵੀ ਸਰੀਰ ਦਾ ਉਹਦਾ ਇੱਕ ਅੰਗ ਹਿੱਲਦਾ ਵਾ ਜਦੋਂ ਬੋਲਦਾ, ਹੁਣ ਪਤਾ ਨਹੀਂ ਕਿਹੜਾ ਹਿੱਲੇ, ਹਿੱਲਣਾ ਜ਼ਰੂਰ ਹੈ। ਪਰ ਮਹਾਂਪੁਰਖ ਮੇਰੇ ਤੋਂ ਇਹ ਗਲਤੀ ਹੁੰਦੀ ਹੈ, ਮੈਂ ਮਾਫ਼ੀ ਮੰਗਦਾ ਤੁਹਾਡੇ ਤੋਂ, ਮੇਰੀ ਆਦਤ ਪੈ ਗਈ, ਪਰ ਮਨਾਹੀ ਇਹਦੀ ਵੀ ਆ ਵੀ ਹੱਥ ਨਹੀਂ ਮਾਰ ਸਕਦਾ।
ਗੁਰੂ ਦੀ ਹਜ਼ੂਰੀ ਦੇ ਵਿੱਚ ਨਿਮਰਤਾ ਨਾਲ ਬਹਿ ਕੇ ਬੋਲ ਸਕਦਾ। ਆਓ, ਸਤਿਗੁਰੂ ਸੱਚੇ ਪਾਤਸ਼ਾਹ ਦੀ ਉਸਤਤ ਕਰਦੇ ਪਏ ਸੀ, ਜੇ ਸਤਿਗੁਰੂ ਸਿਮਰੰਥ ਰਿੱਧ ਸਿੱਧ ਨਵਨਿਧ ਪਾਵੇ, ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ। ਸ਼ਬਦ ਆਇਆ ਸੀ ਜਿੰਨੀ ਤੁਦ ਨੂੰ ਧਨ ਕਹਿਆ, ਮਿਲ ਸੰਗਤ ਧਨ ਧਨ ਕਰੋ। ਜਦੋਂ ਵੀ ਗੁਰੂ ਰਾਮਦਾਸ ਸਾਹਿਬ ਦਾ ਨਾਂ ਲੈਣਾ, ਕਹਿ ਧਨ ਗੁਰੂ ਰਾਮਦਾਸ। ਸੰਗਤ ਸਾਰੀ ਬਹਿ ਕੇ ਕਹੋ ਧਨ ਗੁਰੂ ਰਾਮਦਾਸ, ਮਿਲ ਸੰਗਤ ਧਨ ਧਨ ਕਰੋ। ਜੇ ਤੂੰ ਕਵੇਂਗਾ ਨਾ ਧਨ ਗੁਰੂ ਰਾਮਦਾਸ, ਪੁਰਾਣੇ ਸਮੇਂ ਪੜ੍ਹਦੇ ਹੁੰਦੇ ਸੀ ਧਨ ਹੈ ਧਨ ਹੈ ਧਨ ਹੈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਇੱਦਾਂ ਪੜ੍ਹਦੇ ਹੁੰਦੇ ਸੀ। ਜੇ ਧਨ ਧਨ ਕਰੇਗਾ ਤਾਂ ਕਹਿੰਦੇ ਸੱਜਣਾ, ਲੋਕ ਸੁਖੀਏ ਔਰ ਲੋਕ ਸਹੇਲੇ, ਦੋਹਾਂ ਜਹਾਨਾਂ ਦਾ ਸੁੱਖ ਤੈਨੂੰ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਦੀ ਉਸਤਤ ਕਰਦੇ ਪਏ ਹਾਂ, ਆਪ ਜੀ ਨੇ ਸ਼ਬਦ ਸ਼੍ਰਵਣ ਕੀਤਾ ਹੈ। ਆਓ ਇਹਦੀ ਵਿਚਾਰ ਆਰੰਭ ਕਰੀਏ। ਗੁਰੂ ਕਿਰਪਾ ਕਰੇ ਇਸ ਵਿਚਾਰ ਨੂੰ ਸੁਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਕੀਰਤ ਭੱਟ ਜੀ ਮਹਾਰਾਜ ਕਿਰਪਾ ਕਰਦੇ ਹੋਏ ਪਵਿੱਤਰ ਬਚਨ ਉਚਾਰਨ ਕਰਦੇ ਹਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਨਾਨਕ ਨਾਮ ਨਿਰੰਜਨ ਜਾਨੋ, ਕਿੰਨੀ ਭਗਤ ਪ੍ਰੇਮ ਲਿਵਲਾਈ। ਕੀ ਕਹਿੰਦੇ ਨੇ ਮਹਾਰਾਜ ਜੀ, ਨਾਨਕ ਨਾਮ ਨਿਰੰਜਨ ਜਾਨਿਓ, ਕਿੰਨੀ ਭਗਤ ਪ੍ਰੇਮ ਲਿਵਲਾਈ। ਮਹਾਰਾਜ ਜੀ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ ਕਿ ਸਭ ਤੋਂ ਪਹਿਲਾਂ ਨਾਮ ਦੀ ਮਹਾਨਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਜਾਣੀ, ਕਿਉਂ ਗੁਰੂ ਘਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਐਵੇਂ ਝੰਬੇਲਿਆਂ 'ਚ ਫਸਾਈ ਫਿਰ ਉਹ ਵੱਖਰੀ ਗੱਲ ਹੈ, ਪਰ ਗੁਰੂ ਘਰ ਦੇ ਵਿੱਚ ਬਹੁਤ ਸੌਖਾ ਸਾਧਨ, ਸਾਰੇ ਸਾਧਨ ਛੱਡ ਕੇ ਆਖਿਆ ਸਿਰਫ ਨਾਮ ਜਪੋ। ਜੇ ਤੁਸੀਂ ਆਪਣੇ ਆਪ ਕਰੀ ਜਾਂਦੇ ਹੋ ਵੱਖਰੀ ਗੱਲ ਹੈ ਕਿ ਤੁਸੀਂ ਆਪ ਆਪਣੇ ਆਪ ਨੂੰ ਉਹਦੇ ਵਿੱਚ ਉਲਝਾ ਛੱਡਦੇ ਬਾਕੀ ਸਾਧਨਾਂ 'ਚ, ਪਰ ਗੁਰੂ ਘਰ 'ਚ ਮਨਾਹੀ ਹੈ। ਨਾਮ ਤੋਂ ਬਿਨਾਂ ਗੁਰੂ ਘਰ 'ਚ ਕੋਈ ਪ੍ਰਮੁੱਖ ਸਾਧਨ ਨਹੀਂ। ਸਤਿਗੁਰੂ ਜੀ ਕੀ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ, ਨਾਨਕ ਕਹਿ ਘਰ ਕੇਵਲ ਨਾਮ। ਹੁਣ ਕੇਵਲ ਦਾ ਮਤਲਬ ਕੀ ਹੁੰਦਾ, ਜਿਵੇਂ ਆਪਾਂ ਸ਼ਬਦ ਪੜ੍ਹਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਅਵਰ ਕਾਜ ਤੇਰੇ ਮਿਲ ਸਾਧ ਸੰਗਤ ਭਜ ਕੇਵਲ ਆ ਗਿਆ ਨਾ। ਕੇਵਲ ਦਾ ਮਤਲਬ ਜਿਵੇਂ ਤੁਸੀਂ ਚੈੱਕ ਨਹੀਂ ਭਰਦੇ ਅਤੇ ਪਿੱਛੇ ਪਾ ਨਹੀਂ ਦਿੰਦੇ ਓਨਲੀ, ਕੇਵਲ ਇੰਨੇ ਹੀ ਰੁਪਈਏ, ਇਹ ਤੋਂ ਵੱਧ ਦੁੱਕੀ ਨਹੀਂ, ਇਹ ਤੋਂ ਵੱਧ ਇੱਕ ਪੈਸਾ ਨਹੀਂ। ਕੇਵਲ ਦਾ ਮਤਲਬ ਇਹਦੇ ਤੋਂ ਬਿਨਾਂ ਹੋਰ ਕੁਝ ਨਹੀਂ, ਹੋਰ ਕੁਝ ਨਹੀਂ, ਸਿਰਫ ਨਾਮ ਦੀ ਕਮਾਈ। ਸਤਿਗੁਰੂ ਨੇ ਬਹੁਤ ਸਤਿਕਾਰ ਕੀਤਾ ਸਾਰੇ ਧਰਮਾਂ ਦਾ,
ਉਹ ਕਹਿੰਦੇ ਅਸੀਂ ਸਿਮਰਤੀਆਂ ਵੀ ਪੜ੍ਹੀਆਂ ਨੇ, ਛੇ ਸ਼ਾਸਤਰ ਵੀ ਪੜ੍ਹੇ ਨੇ, ਔਰ ਧਾਰਮਿਕ ਗ੍ਰੰਥਾਂ ਦੀ ਵਿਚਾਰ ਕੀਤੀ ਹੈ, ਸਾਰੇ ਇੱਕ ਗੱਲ 'ਤੇ ਹੀ ਆਉਂਦੇ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਿਸ ਨਾਹੀ ਹਰ ਹਰੇ ਨਾਨਕ ਨਾਮ। ਸਾਰੇ ਧਰਮ ਕਹਿੰਦੇ ਸਿਰਫ ਨਾਮ, ਕਲਯੁੱਗ ਦੇ ਵਿੱਚ ਇੱਕ ਹੀ ਸਾਧਨ ਆ ਸਿਰਫ ਨਾਮ। ਜਿਵੇਂ ਸ਼ਾਸਤਰਾਂ ਦੇ ਵਿੱਚ ਵੀ ਆਉਂਦਾ, ਕਲੋ ਨਾ ਗਤਿਰ ਅਨਯਥਾ, ਰੱਬ ਦੇ ਨਾਮ ਤੋਂ ਬਿਨਾਂ ਕਲਯੁੱਗ ਵਿੱਚ ਕਿਸੇ ਨੇ ਗਤੀ ਨਹੀਂ ਕਰਨੀ, ਮੁਕਤੀ ਨਹੀਂ ਕਰਦੀ। ਤਾਂ ਸਤਿਗੁਰੂ ਜੀ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਧਾਰਮਿਕ ਗ੍ਰੰਥ ਬੜੀ ਉੱਚੀ ਆਵਾਜ਼ ਵਿੱਚ ਹੋਕਾ ਦਿੰਦੇ ਨੇ, ਤੂੰ ਅਸਰ ਨਹੀਂ ਕਰਦਾ। ਕੀ ਹੋਕਾ ਦਿੰਦੇ ਨੇ? ਸਿਮਰਤ, ਵੇਦ, ਪੁਰਾਨ, ਪੁਕਾਰਨ, ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ। ਹੁਣ ਇਹ ਤੋਂ ਵੱਧ ਕੀ ਸੁਣਨਾ? ਨਾਮ ਤੋਂ ਬਿਨਾਂ ਜੇ ਤੂੰ ਕੀ ਹੋਰ ਸਾਧਨ ਕਰਦਾ, ਐਵੇਂ ਟਾਈਮ ਖਰਾਬ, ਕੁਝ ਵੀ ਨਹੀਂ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਇਸ ਵਿਸ਼ੇ ਉੱਤੇ ਬੜਾ ਜ਼ੋਰ ਦੇ ਕੇ ਅਤੇ ਸਖਤੀ ਨਾਲ ਲਿਖਿਆ। ਉਹ ਤਾਂ ਜਦੋਂ ਝਾੜ ਕਰਦੇ ਨੇ ਨਾ, ਪਖੰਡ ਦਾ ਖੰਡਨ ਕਰਦੇ, ਉਹ ਤਾਂ ਕਈ ਵਾਰੀ ਬਹੁਤ ਅੱਗੇ ਲੰਘ ਜਾਂਦੇ ਨੇ। ਬੜੀ ਹਿੰਮਤ ਚਾਹੀਦੀ ਹੈ ਉਹਨਾਂ ਦੀ ਬਾਣੀ ਨੂੰ ਸੰਗਤ ਅੱਗੇ ਪੇਸ਼ ਕਰਨ ਵਾਸਤੇ। ਸਤਿਗੁਰੂ ਜੀ ਦੀ ਇੱਕ ਬਾਣੀ ਦਾ ਨਾਮ ਹੈ ਸ੍ਰੀ ਅਕਾਲ ਉਸਤਤ, ਵਾਹਿਗੁਰੂ ਜੀ ਦੀ ਉਸਤਤ। ਕਿਉਂ? ਉਹਨਾਂ ਦਾ ਸੁਭਾਅ ਸੀ, ਉਹਨਾਂ ਨੇ ਆਪਣੀ ਰਚਨਾ ਉਸਤਤ ਤੋਂ ਹੀ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ ਤਵ ਸਰਬਨਾਮ ਤੋਂ ਸਰਬਨਾਮ ਕਥੈ ਕਵਨ, ਕਰਮ ਨਾਮ ਵਰਣਤ ਸਮਰਥ। ਇਹਦੇ ਵਿੱਚ ਉਸਤਤ ਹੀ ਆ, ਬਸ ਨਮਸਕਾਰ ਨਮਸਕਾਰ। ਜਿਵੇਂ ਮਹਾਰਾਜ ਕਹਿੰਦੇ ਨਮਸਕਾਰ ਸ੍ਰੀ ਗੁਰਦੇਵ ਕੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਬੰਦਨਾ ਹਰ ਬੰਦਨਾ, ਜਿਵੇਂ ਮਹਾਰਾਜ ਕਹਿੰਦੇ ਡੰਡੌਤ ਬੰਦਨ ਅਨਕ ਵਾਰ। ਇਹਦੀ ਵਿਆਖਿਆ ਜੇ ਪੜ੍ਹਦੀ ਹੋਵੇ ਤਾਂ ਜਾਪ ਸਾਹਿਬ ਪੜ੍ਹੋ, ਨਮਸਕਾਰ ਹੀ ਹੈ ਉਸ ਪਰਮੇਸ਼ੁਰ, ਉਹਦੇ ਅੱਗੇ ਕੋਈ ਬੋਲ ਨਹੀਂ, ਉਹਦੇ ਅੱਗੇ ਕੋਈ ਚਲਾਕੀ ਨਹੀਂ, ਚਤਰਾਈ ਨਹੀਂ, ਸਿਰਫ ਮੈਂ ਹੱਥ ਜੋੜ ਕੇ ਮੱਥਾ ਟੇਕਦਾ। ਇਹ ਵੀ ਇੱਕ ਭਗਤੀ ਹੈ, ਨਮਸਕਾਰ। ਤਾਂ ਮਹਾਰਾਜ ਜੀ ਲਿਖਦੇ ਕਹਿੰਦੇ ਜੇ ਵੇਦ ਪੁਰਾਨ ਕਤੇਬ ਜਪੈ, ਸੁੱਤ ਸਿੰਧ ਅਧੋ ਮੁਖ ਤਾਪ ਤਪੈ। ਸਾਰੀ ਉਮਰ ਪੁੱਠਾ ਲਮਕ ਕੇ ਤਪ ਕਰੇ। ਫਿਰ ਕੀ ਕਹਿੰਦੇ? ਕਈ ਕਲਪਨ ਲਓ ਤਪ ਤਾਪ ਕਰੇ। ਹੁਣ ਜਿਹੜਾ ਕਲਪ ਸ਼ਬਦ ਆ, ਇਹਦਾ ਹੁਣ ਮੈਨੂੰ ਪੂਰਾ ਯਾਦ ਨਹੀਂ ਕਿ ਕਿੰਨੇ ਕਰੋੜ ਸਾਲ ਸ਼ਾਇਦ ਬਣ ਜਾਂਦੇ, ਪਤਾ ਨਹੀਂ 100 ਕਰੋੜ ਸਾਲ ਕੇ, 1 ਅਰਬ ਕੇ, ਕਿੰਨੇ ਸਾਲ ਬਣ ਜਾਂਦੇ ਕਲਪ ਦੀ ਵਿਆਖਿਆ। ਇੰਨਾ ਚਿਰ ਵੀ ਤੂੰ ਤਪ ਕਰ, ਪਰ ਰੱਬ ਤੈਨੂੰ ਮਿਲਣਾ ਨਹੀਂ। ਨੈਕ ਕਿਰਪਾ ਨਿਧ ਪਾਨ ਪਰੇ, ਉਹਨੇ ਤੇਰੇ ਹੱਥ 'ਚ ਨਹੀਂ ਆਉਣਾ। ਮਹਾਰਾਜ ਜੀ ਨੂੰ ਪੁੱਛਿਆ ਫਿਰ ਮੈਂ ਕੀ ਕਰਾਂ? ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਇੱਥੇ ਨਿਚੋੜ ਕੱਢਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ।
ਉਹ ਲਿਖਦੇ ਇੱਕ ਨਾਮ ਬਿਨਾ ਨਹੀਂ ਕੋਟ ਬ੍ਰਿਤੀ ਇਮ ਬੇਦ ਉਚਾਰਤ ਸਾਰ ਸੁਤੀ ਜੋ ਵਾ ਰਸ ਕੇ ਚਸਕੇ ਰਸ ਹੈ ਤੇ ਉਹ ਭੂਲ ਨਾ ਕਾਲ ਫਦਾ ਫਸ ਜਿਹਨੇ ਨਾਮ ਦੀ ਕਮਾਈ ਦਾ ਚਸਕਾ ਲਾ ਲਿਆ ਨਾ ਜਿਹਨੂੰ ਸਵਾਦ ਆਉਣ ਲੱਗ ਪਿਆ ਨਾਮ 'ਚੋਂ ਉਹ ਭੁੱਲ ਕੇ ਵੀ ਸੱਜਣਾ ਜੰਮਣ ਮਰਨ ਦੇ ਗੇੜ ਦੇ ਵਿੱਚ ਨਹੀਂ ਪਵੇਗਾ। ਪਰ ਇੱਥੇ ਇੱਕ ਗੱਲ ਨਾ ਬੜੀ ਨੁਕਤੇ ਵਾਲੀ ਸਮਝਣ ਵਾਲੀ ਹੈ, ਪਤਾ ਕਿਹੜੀ? ਸਾਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਾਮ ਜਪ, ਪਰ ਇੱਕ ਜਗ੍ਹਾ ਪਤਾ ਕੀ ਕਹਿੰਦੇ ਆ? ਕਹਿੰਦੇ ਜੱਪੀ ਜਾ, ਕੋਈ ਫਰਕ ਨਹੀਂ ਪੈਂਦਾ। ਇਹ ਵੀ ਨਾਲ ਹੀ ਇਹ ਵੀ ਆਖਿਆ ਹੈ। ਉੱਥੇ ਜਾ ਕੇ ਕਈ ਵਾਰੀ ਬੰਦਾ ਸ਼ਸ਼ੋ ਪੰਚ ਪੈ ਜਾਂਦਾ ਵੀ ਇਹ ਕੀ ਗੱਲ ਹੋਈ, ਉਹਦਾ ਯਕੀਨ ਡੋਲ ਜਾਂਦਾ ਇੱਕ ਵਾਰ। ਸਾਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਾਮ ਜਪ, ਪਰ ਇੱਕ ਜਗ੍ਹਾ ਜਾ ਕੇ ਪਤਾ ਕੀ ਕਹਿ ਦਿੱਤਾ? ਰਾਮ ਰਾਮ ਕਰਤਾ ਸਭ ਜਗ ਫਿਰੈ, ਧੰਨ ਗੁਰੂ ਅਮਰਦਾਸ ਮਹਿਰਾਜ। ਰਾਮ ਨਾ ਪਾਇਆ ਜਾਏ, ਹੁਣ ਇਹਦਾ ਕੀ ਜਵਾਬ ਦੋ? ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਾਮ ਜਪ, ਪਰ ਇੱਕ ਜਗ੍ਹਾ ਜਾ ਕੇ ਪਤਾ ਕੀ ਕਹਿੰਦੇ? ਤਾਪ ਕੇ ਸਹੇ ਤੇ ਜੋ ਪੈ ਪਾਈਏ, ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਿਤ ਹੈ। ਜੇ ਸਰੀਰ ਨੂੰ ਤਪਾ ਕੇ ਰੱਬ ਮਿਲਦਾ ਤਾਂ ਜਿਨ੍ਹਾਂ ਨੂੰ ਬੁਖਾਰ ਚੜ੍ਹਦਾ ਉਹ ਤੇ ਬ੍ਰਹਮ ਗਿਆਨੀ ਹੋ ਜਾਂਦੇ, ਸਰੀਰ ਤਪਦਾ। ਅਗਲੀ ਗੱਲ ਕਹਿੰਦੇ ਜਾਪ ਕੇ ਕੀਏ ਤੇ ਜੋ ਪੈ ਪਾਈਏ ਅਜਾਪ ਦੇਵ, ਜੇ ਨਾਮ ਜਪਣ ਨਾਲ ਰੱਬ ਮਿਲਦਾ ਨਾ ਜਾਪ ਕਰਨ ਨਾਲ, ਪੂਦਨਾ ਸਦੀਵ ਤੂੰ ਹੀ ਉਚਰਤ ਹੈ, ਤਾਂ ਜਿਹੜਾ ਬਬੀਹਾ ਵਾ ਇਹ ਤਾਂ ਸਭ ਤੋਂ ਵੱਡਾ ਸੰਤ ਹੁੰਦਾ ਜਿਹੜਾ ਹਰ ਰੋਜ਼ ਤੂੰ ਤੂੰ ਦਾ ਜਾਪ ਕਰਦਾ। ਹੁਣ ਇਹ ਕੀ ਗੱਲ ਹੋਈ? ਇੱਕ ਬੰਨੇ ਕਹਿੰਦੇ ਨਾਮ ਜਪ, ਦੂਜੇ ਬੰਨੇ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰ, ਕੋਈ ਫਰਕ ਨਹੀਂ ਪੈਂਦਾ। ਇੱਕ ਬੰਨੇ ਕਹਿੰਦੇ ਨੇ ਨਾਮ ਜਪ, ਦੂਸਰੇ ਬੰਨੇ ਕਹਿੰਦੇ ਬਬੀਹਾ ਤੂੰ ਤੂੰ ਕਰੀ ਜਾਂਦਾ ਉਹਨੂੰ ਕਿਹੜਾ ਰੱਬ ਮਿਲ ਗਿਆ। ਇੱਥੋਂ ਭਾਵ ਨਿਕਲਦਾ ਹੈ ਕਿ ਨਾਮ ਜਪਣ ਵਾਸਤੇ ਇੱਕ ਚੀਜ਼ ਬੜੀ ਜ਼ਰੂਰੀ, ਉਹ ਇੱਥੇ ਲਿਖੀ ਮਹਾਰਾਜ, ਨਾਨਕ ਨਾਮ ਨਿਰੰਜਨ ਜਾਣਿਓ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਮਾਇਆ ਮਲ ਦੀ ਕਾਲਖ ਤੋਂ ਰਹਿਤ ਜਿਹੜਾ ਨਿਰੰਜਨ ਪਰਮੇਸ਼ਰ ਆ ਉਹਦਾ ਨਾਮ ਜਾਣਿਆ। ਪਰ ਅਗਲੀ ਗੱਲ ਕੀਨੀ ਭਗਤ ਪ੍ਰੇਮ ਲਿਵ ਲਾਏ, ਨਾਮ ਜਪਿਆ ਪਰ ਕਿੱਦਾਂ ਜਪਿਆ? ਪ੍ਰੇਮ ਨਾਲ। ਕਿੱਦਾਂ ਜਪਿਆ? ਸੁਰਤ ਜੋੜ ਕੇ, ਲਿਵ ਜੋੜ ਕੇ। ਜਦੋਂ ਆਪਾਂ ਲਿਵ ਜੋੜ ਕੇ ਨਾਮ ਜਪਾਂਗੇ ਉਦੋਂ ਇਹਦੇ ਵਿੱਚ ਬਰਕਤ ਆਉਂਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਦਾ ਆਪਾਂ ਕੱਲ੍ਹ ਨੂੰ ਅਵਤਾਰ ਪੁਰਬ ਮਨਾਉਣਾ ਅਤੇ ਕੱਲ੍ਹ ਉਹਨਾਂ ਦੇ ਜੀਵਨ ਦੀ ਤੁਸੀਂ ਕਿਰਪਾ ਕਰਿਓ, ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੇ ਜੀਵਨ ਦੀ ਸਾਂਝ ਪਾਵਾਂ ਉਹਨਾਂ ਦੇ ਜਨਮ ਤੋਂ ਲੈ ਕੇ, ਜਿਵੇਂ ਉਹਨਾਂ ਦਾ ਪੂਰਾ ਇਤਿਹਾਸ ਆਉਂਦਾ ਹੈ। ਅੱਜ ਵੀ ਇੱਕ ਗੱਲ ਸਾਂਝੀ ਕਰਦਾ, ਧੰਨ ਗੁਰੂ ਰਾਮਦਾਸ ਸਾਹਿਬ ਦਾ 24 ਘੰਟੇ ਦਾ ਟਾਈਮ ਟੇਬਲ ਕੀ ਸੀ?
ਕਹਿੰਦੇ ਉਹ ਸਵਾ ਪਹਿਰ ਰਾਤ ਰਹਿੰਦੀ ਉੱਠ ਪੈਂਦੇ ਸੀ। ਸਵਾ ਪਹਿਰ ਆਪ ਜੀ ਸਮਝਦੇ ਨਾ, 3 ਵਜੇ ਸਵੇਰੇ 3 ਵਜੇ ਆਪਾਂ ਤਾਂ ਸੁੱਖ ਨਾਲ ਸੌਂਦੇ ਹੀ ਹਾਂ, ਉਦੋਂ ਉਹ 3 ਵਜੇ ਉੱਠ ਪੈਂਦੇ ਸੀ। ਸਵਾ ਪਹਿਰ ਜਾਂ 1 ਪਹਿਰ 3 ਕੁ ਵਜੇ 2:30 ਵਜੇ ਉੱਠ ਪੈਂਦੇ ਸੀ। ਉੱਠ ਕੇ ਇਸ਼ਨਾਨ ਕਰਕੇ ਇਤਿਹਾਸ ਕਹਿੰਦਾ ਹੈ ਰਾਖੈ ਅੰਤਰ ਬਿਰਤ ਟਿਕਾਏ, ਫਿਰ ਆਪਣੀ ਬਿਰਤੀ ਆਪਣੇ ਧਿਆਨ ਨੂੰ ਆਪਣੇ ਅੰਦਰ ਟਿਕਾ ਲੈਂਦੇ ਸੀ ਅਤੇ ਸੂਰਜ ਦੀ ਪਹੁ ਫੁੱਟਣ ਤੱਕ ਉਹ ਚੌਂਕੜੇ 'ਚ ਰਹਿੰਦੇ ਸੀ, ਸਮਾਧੀ 'ਚ ਰਹਿੰਦੇ ਸੀ। ਫਿਰ ਗੁਰੂ ਕੇ ਮਹਿਲਾਂ ਤੋਂ ਤੁਰ ਕੇ ਜਿੱਥੇ ਅੱਜ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਿਆ, ਇੱਥੇ ਵਿਛਾਈ ਹੁੰਦੀ ਸੀ, ਸਿੰਘਾਸਣ ਲੱਗਾ ਸੀ, ਸਭ ਕੁਝ ਸਿੱਖਾਂ ਨੇ ਤਿਆਰੀ ਕੀਤੀ ਸੀ, ਆ ਕੇ ਬਹਿ ਜਾਂਦੇ ਸੀ ਅਤੇ ਭਾਈ ਸੱਤਾ ਜੀ ਕੀਰਤਨ ਆਰੰਭ ਕਰਦੇ ਸੀ। ਆਸਾ ਜੀ ਦੀ ਵਾਰ ਦਾ ਕੀਰਤਨ ਗਰੀਬ ਨਿਵਾਜ ਸ਼੍ਰਵਣ ਕਰਦੇ ਸੀ। ਕੀਰਤਨ ਤੋਂ ਬਾਅਦ ਅਰਦਾਸਾਂ ਹੁੰਦੀਆਂ ਸੀ, ਮੇਵੜਾ ਸਿੱਖ ਜਿਹਨੂੰ ਅਰਦਾਸੀਆ ਕਹਿ ਦਿੰਦੇ ਉਹ ਨਾਂ ਲੈ ਕੇ ਅਰਦਾਸ ਕਰਦਾ ਸੀ। ਫਿਰ ਲੰਗਰ ਤਿਆਰ ਹੋ ਜਾਂਦਾ ਸੀ। ਇਤਿਹਾਸ ਕਹਿੰਦਾ ਹੈ ਇੱਕ ਸਮਾਨ ਸਭ ਦੇਤ ਆਹਾਰਾ, ਗਰੀਬ ਅਮੀਰ ਉੱਚੀ ਜਾਤ ਨੀਵੀਂ ਜਾਤ ਇਹ ਭੇਦ ਭਾਵ ਛੱਡ ਕੇ ਇੱਕੋ ਜਿਹਾ ਸਭ ਨੂੰ ਲੰਗਰ ਛਕਾਇਆ ਜਾਂਦਾ ਸੀ। ਆਪ ਵੀ ਛਕਦੇ ਪੰਗਤ 'ਚ ਬਹਿ ਕੇ, ਫਰਕ ਇੰਨਾ ਸੀ ਕਿ ਉਹਨਾਂ ਦੇ ਅੱਗੇ ਚੌਂਕੀ ਡਾਹ ਕੇ ਸਤਿਕਾਰ ਨਾਲ ਛਕਾਇਆ ਜਾਂਦਾ ਸੀ। ਔਰ ਫਿਰ ਕੁਝ ਚਿਰ ਆਰਾਮ ਕਰਦੇ, ਫਿਰ ਕਾਰ ਸੇਵਾ ਚੱਲਦੀ ਸੀ ਉਹਨੂੰ ਦੇਖਦੇ, ਫਿਰ ਇਸ਼ਨਾਨ ਕਰਕੇ ਦੁਬਾਰਾ ਸ਼ਾਮ ਨੂੰ ਸੰਗਤ ਵਿੱਚ ਦੀਵਾਨ ਸਜਾਉਂਦੇ। ਸਜੇ ਹੋਏ ਦੀਵਾਨ ਦੇ ਵਿੱਚ ਕਥਾ ਕੀਰਤਨ ਹੁੰਦਾ ਅਤੇ ਰੌਚਕਤਾ ਵਾਲੀ ਗੱਲ ਇਹ ਸੀ ਕਿ ਕਥਾ ਆਪ ਕਰਦੇ ਸੀ, ਬਚਨ ਆਪ ਕਰਦੇ ਹੁੰਦੇ ਸੀ। ਜਿਹੜਾ ਵੀ ਕਿਸੇ ਸਿੱਖ ਦਾ ਪ੍ਰਸ਼ਨ ਹੁੰਦਾ ਉਹਨੂੰ ਗੁਰਬਾਣੀ ਦੇ ਰਾਹੀਂ ਉਹਨੂੰ ਜਵਾਬ ਦਿੰਦੇ ਹੁੰਦੇ ਸੀ ਅਤੇ ਕਥਾ ਕਰਦਿਆਂ ਉਹਨਾਂ ਦਾ ਮੁੱਖ ਉਪਦੇਸ਼ ਇੱਦਾਂ ਦਾ ਸੀ। ਉਹ ਕਹਿੰਦੇ ਸੀ ਆਪਣੀ ਬਾਣੀ 'ਚ ਕਿ ਗੁਰੂ ਕੇ ਸਿੱਖੋਂ ਡਰਨਾ ਨਹੀਂ ਕਦੀ ਵੀ ਜ਼ਿੰਦਗੀ 'ਚ। ਮਹਾਰਾਜ ਨੂੰ ਪੁੱਛਿਆ ਕਿਉਂ ਮਹਾਰਾਜ, ਤਾਂ ਉਹਨਾਂ ਬਚਨ ਕੀਤੇ ਸੋ ਡਰੇ ਜੇ ਪਾਪ ਕਮਾਵਦਾ, ਜੇ ਤਾਂ ਤੁਸੀਂ ਪਾਪ ਕਰਦੇ ਫਿਰ ਡਰੋ, ਨਹੀਂ ਕਰਦੇ ਤਾਂ ਡਰੋ ਨਾ। ਧਰਮੀ ਵਕਸੀਤ ਕਹਿੰਦੇ ਧਰਮੀ ਬੰਦੇ ਨੂੰ ਖਿੜਨਾ ਚਾਹੀਦਾ ਹੈ, ਡਰਨਾ ਨਹੀਂ ਚਾਹੀਦਾ, ਕਿਉਂ ਤੁਹਾਡਾ ਰੱਬ ਮੌਤ ਨਫਾ ਮੌਤ ਨੁਕਸਾਨ ਬਿਮਾਰੀ ਆਦਿਕ ਦੇ ਅਧੀਨ ਨਹੀਂ, ਇਹ ਤੋਂ ਬੜਾ ਵੱਡਾ ਹੈ। ਦੂਸਰਾ ਉਹ ਬਚਨ ਕਰਦੇ ਹੁੰਦੇ ਸੀ ਗੁਰੂ ਕੇ ਸਿੱਖਾਂ ਦਾ ਸਤਿਕਾਰ ਪ੍ਰੇਮ ਭਾਵ ਔਰ ਬੜੀ ਨਿਮਰਤਾ ਦੇ ਵਿੱਚ ਇਹ ਸ਼ਬਦ ਪੜ੍ਹਦੇ ਹੁੰਦੇ ਸੀ ਜੋ ਹਮਰੀ ਵਿੱਧ ਹੋਤੀ ਮੇਰੇ ਸਤਿਗੁਰਾ ਸਾ ਵਿੱਧ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਇਹ ਸੱਚੀ ਗੱਲ ਹੈ, ਇਹਦੇ 'ਚ ਕੋਈ ਅਤਕਥ ਨਹੀਂ। ਐਸਾ ਸਮਾਂ ਸੀ ਇੱਕ ਦਿਨ ਮਹਾਰਾਜ ਗੁਰ ਸਤਿਗੁਰ ਸੰਗ
ਕੀਰੇ ਹੰਬ ਥਾਪੇ। ਸਿੱਖਾਂ ਦਾ ਹੌਂਸਲਾ ਬਣਾਉਂਦੇ ਸੀ ਵੀ ਜੇ ਮੈਂ ਸ਼ਾਹਾਂ ਦਾ ਸ਼ਾਹ ਬਾਦਸ਼ਾਹ ਬਣ ਸਕਦਾ ਵਾਂ ਅਤੇ ਗੁਰੂ ਦਾ ਦਰ ਨਾ ਛੱਡਿਓ, ਠੀਕ ਹੈ ਅੱਜ ਤੁਹਾਡੇ 'ਤੇ ਦੁੱਖ ਆ, ਤਕਲੀਫ ਆ, ਗਰੀਬੀ ਆ, ਪਰ ਇੱਕ ਦਿਨ ਸਮਾਂ ਪਲਟੇ। ਫਿਰ ਉਹ ਕਥਾ ਕਰਨ ਵਾਲਿਆਂ ਨੂੰ ਬੜੀ ਤਾੜਨਾ ਕਰਦੇ ਸੀ, ਮੰਜੀਦਾਰ ਜਿਹਨੂੰ ਕਹਿ ਦਿੰਦੇ ਨਾ, ਮੰਜੀ 'ਤੇ ਸਟੇਜ 'ਤੇ ਬਹਿ ਕੇ ਕਥਾ ਕਰਦੇ, ਉਹਨੂੰ ਬੜੀ ਤਾੜਨਾ ਕਰਨੀ ਵੀ ਗੁਰੂ ਦੇ ਆਸ਼ੇ ਅਨੁਸਾਰ ਕਥਾ ਕਰ, ਤੇਰਾ ਸਤਿਕਾਰ ਬਹੁਤ ਕਰਾਂਗੇ, ਕਿਉਂ ਬਾਣੀ ਦੇ ਵਿੱਚ ਇਹ ਬਚਨ ਕਰਦੇ ਨੇ ਸੱਚੇ ਪਾਤਸ਼ਾਹ ਕਿ ਜਿਹੜਾ ਵੀ ਰੱਬ ਦੀ ਗੱਲ ਸੁਣਾਵੇ ਉਹ ਸਾਡਾ ਮਿੱਤਰ ਆ, ਉਹ ਸਾਡਾ ਸੱਜਣ। ਆਪ ਜੀ ਨੇ ਸ਼੍ਰਵਣ ਕੀਤਾ ਹੋਵੇਗਾ, ਕੋਈ ਗੱਲ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਪਰ ਨਾਲ ਇੱਕ ਤਾੜਨਾ ਬੜੀ ਸਖਤ ਸੀ ਵੀ ਜੇ ਗੁਰੂ ਦੇ ਆਸ਼ੇ ਤੋਂ ਉਲਟ ਬੋਲੇਗਾ, ਆਪਣੀ ਨਵੀਂ ਮਰਿਆਦਾ ਕਾਇਮ ਕਰੇਗਾ, ਤਾਂ ਸਿੱਖਾਂ ਨੂੰ ਹੁਕਮ ਸੀ ਕਿ ਇਹਦੇ ਮੱਥੇ ਨਹੀਂ ਲੱਗਣ। ਇਹ ਵੀ ਲਿਖਿਆ ਉਹਨਾਂ ਨੇ ਬਾਣੀ ਦੇ ਵਿੱਚ, ਵਿਣ ਸਤਿਗੁਰ ਕੇ ਹੁਕਮ ਹੈ, ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਨੇੜ ਨਾ ਆਵੇ, ਉਹਦੇ ਸਿੱਖੋ ਨੇੜੇ ਨਹੀਂ ਜਾਣਾ ਜਿਹਨੇ ਆਪਣੀ ਮਰਿਆਦਾ ਕਾਇਮ ਕੀਤੀ। ਉਹਨੂੰ ਸਮਝਣਾ ਕੀ, ਜੇ ਠੱਗੀ ਆਵੇ ਠੱਗੀ ਉੱਠ ਜਾਏ, ਉਹਨੂੰ ਠੱਗ ਸਮਝਣਾ, ਉਹਦੇ ਨੇੜੇ ਨਹੀਂ ਲੱਗਣਾ, ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ, ਕਦਾਚਿਤ ਵੀ ਉਹਦੇ ਨੇੜੇ ਨਹੀਂ ਜਾਣਾ ਸਿੱਖ ਨੇ ਜਿਹਨੇ ਆਪਣੀ ਪ੍ਰਥਾ ਕਾਇਮ ਕੀਤੀ। ਇੱਦਾਂ ਉਹ ਸਵਾਲਾਂ ਦੇ ਜਵਾਬ ਦਿੰਦੇ ਸੀ ਆਪਣੀ ਕਥਾ 'ਚ, ਅਤੇ ਸਿੱਖਾਂ ਨੇ ਪ੍ਰਸ਼ਨ ਕੀਤਾ, ਜਿਹੜੀ ਵਿਆਖਿਆ ਚੱਲਦੀ ਪਈ ਹੈ, ਪ੍ਰਕਰਨ ਵਿਸ਼ਾ ਚੱਲਦਾ ਪਿਆ ਉਹਦੀ ਗੱਲ ਕਰਾਂ। ਸਿੱਖਾਂ ਨੇ ਪ੍ਰਸ਼ਨ ਕੀਤਾ, ਗਰੀਬ ਰਿਵਾਜ ਨਾਮ ਜਪਦੇ ਹਾਂ ਪਰ ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ। ਸਤਿਗੁਰੂ ਨੇ ਉੱਥੇ ਸਮਝਾਇਆ, ਕਹਿੰਦੇ ਚੰਦਨ ਦੀ ਲੱਕੜ ਇੱਕ ਵਾਰੀ ਘਸਾ ਕੇ ਛੱਡ ਦਈਏ ਨਾ, ਓਨੀ ਸੁਗੰਧੀ ਨਹੀਂ ਪੈਦਾ ਹੁੰਦੀ। ਚੰਦਨ ਦੀ ਲੱਕੜ ਨੂੰ ਜਿੰਨਾ ਘਸਾਵੇਗਾ, ਬਾਣੀ 'ਚ ਲਿਖਿਆ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਨੇ, ਓਨੀ ਕਹਿੰਦੇ ਖੁਸ਼ਬੂ ਆਵੇਗੀ, ਸੁਗੰਧੀ ਪੈਦਾ ਕਰੇਗੀ। ਨਾਮ ਨੂੰ ਇੱਕ ਦਿਨ ਜਪ ਲਿਆ, ਦੋ ਦਿਨ ਜਪ ਲਿਆ, ਰਹਿਣ ਸੁਭਾਈ ਹੋਈ ਉੱਥੇ ਜਪ ਲਿਆ, ਅਤੇ ਬਾਅਦ ਦੇ ਵਿੱਚ ਜਪਿਆ ਨਹੀਂ, ਕਹਿੰਦੇ ਰਸ ਨਹੀਂ ਆਵੇਗਾ। ਇਹ ਤਾਂ ਗੁਰੂ ਕੇ ਸਿੱਖੋ ਵਾਰੀ ਵਾਰੀ ਜਪਣਾ ਪਊਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕੀ ਕਹਿੰਦੇ, ਬਾਰ ਬਾਰ, ਮੈਂ ਥੋੜ੍ਹਾ ਗਲਤ ਬੋਲ ਗਿਆ, ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ, ਇਹੋ ਮਨ ਤਨ ਧਰਪੀਐ। ਜੇ ਵਾਰੀ ਵਾਰੀ ਜਪੇਗਾ ਫਿਰ ਇਹਦੇ ਵਿੱਚੋਂ ਅੰਮ੍ਰਿਤ ਪੈਦਾ ਹੋਵੇ, ਨਹੀਂ ਤਾਂ ਨਹੀਂ ਹੋਵੇ। ਸਤਿਗੁਰੂ ਜੀ ਨੇ ਉੱਥੇ ਦ੍ਰਿਸ਼ਟਾਂਤ ਦਿੱਤਾ, ਗੁਰਮੁਖ ਜਾਏ ਲਹੋ ਘਰ ਆਪਣਾ, ਘਸ ਚੰਦਨ ਹਰ ਜਸ ਘਸੀ ਹੈ। ਚੰਦਨ ਘਸਾ, ਇੱਦਾਂ ਹੀ ਵਾਹਿਗੁਰੂ ਦਾ ਨਾਮ ਦੁਬਾਰਾ ਦੁਬਾਰਾ ਕਹਿੰਦੇ ਰਿਪੀਟ ਕਰ, ਫਿਰ ਇਹਦੇ ਵਿੱਚੋਂ ਰਸ ਆਵੇਗਾ। ਸਾਡੇ ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਜਦੋਂ ਵਿਦੇਸ਼ ਦੇ ਵਿੱਚ ਉਹਨਾਂ 12-14 ਸਾਲ ਨਾਮ ਅਭਿਆਸ ਦੀ ਕਮਾਈ ਕੀਤੀ ਨਾ,
ਇੱਕ ਸਿੱਖ ਨੇ ਪੁੱਛਿਆ, ਬਾਬਾ ਜੀ ਨਾਮ ਕਿੱਦਾਂ ਜਪਣਾ ਚਾਹੀਦਾ? ਹੁਣ ਜਿਹੜੇ ਸੰਤ ਹੁੰਦੇ ਨਾ, ਇਹਨਾਂ ਦਾ ਤਜਰਬਾ ਇੰਨਾ ਹੁੰਦਾ, ਇਹਨਾਂ ਨੂੰ ਬਹੁਤਾ ਬੋਲਣ ਦੀ ਲੋੜ ਨਹੀਂ ਹੁੰਦੀ, ਇੱਕ ਸ਼ਬਦ 'ਚ ਹੀ ਇਹ ਗੱਲ ਕਰ ਦਿੰਦੇ। ਉਹ ਕਹਿਣ ਲੱਗੇ ਰੋਟੀ ਖਾਂਦਾ, ਭਾਈ ਦਲਵੀਰ ਸਿੰਘ ਜੀ ਮਟਿੱਕੇ ਵਾਲੇ ਉਹ ਨਾਲ ਸੀ, ਕਹਿੰਦੇ ਰੋਟੀ ਖਾਂਦਾ, ਕਿੱਦਾਂ ਖਾਂਦਾ? ਕਹਿੰਦੇ ਆਪ ਹੀ ਬੋਲ ਕੇ ਕਹਿਣ ਲੱਗੇ, ਜੱਪ ਕੇ ਖਾਂਦਾ, ਚਿੱਥ ਕੇ ਖਾਂਦਾ ਨਾ, ਚਿੱਥ ਚਿੱਥ ਖਾਂਦਾ ਨਾ, ਨਾਮ ਨੂੰ ਵੀ ਫਿਰ ਚਿੱਥ ਕਹਿੰਦੇ। ਮੂੰਹ ਦੇ ਵਿੱਚ ਪਾ ਕੇ ਇਹਨੂੰ ਚਿੱਥੀ ਜਾ, ਵਾਰੀ ਵਾਰੀ ਅਭਿਆਸ ਕਰੀ ਜਾ, ਇੱਕ ਦਿਨ ਸਮਾਂ ਆਵੇਗਾ ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਇੰਨੀ ਗੱਲ ਕਹਿ ਕੇ ਜਵਾਬ ਦੇਤਾ। ਤਾਂ ਸਤਿਗੁਰੂ ਇੱਥੇ ਬੜੇ ਪ੍ਰੇਮ ਨਾਲ ਕਹਿੰਦੇ, ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਪਣਾ ਕਿਵੇਂ ਆ, ਚੰਦਨ ਨੂੰ ਜਿੰਨਾ ਘਸਾਓਗੇ ਓਨੀ ਸੁਗੰਧੀ, ਇਹਨੂੰ ਜਿੰਨਾ ਦੁਹਰਾਏਗਾ ਓਨਾ ਹੀ ਕਹਿੰਦੇ ਰਸ ਪੈਦਾ ਹੋਵੇ। ਤਾਂ ਮਹਾਰਾਜ ਜੀ ਇੱਥੇ ਕਹਿੰਦੇ ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵ ਲਾਈ। ਹੁਣ ਭਗਤੀ ਸ਼ਬਦ ਦਾ ਅਰਥ ਕੀ ਹੈ? ਭਗਤੀ ਸ਼ਬਦ ਦਾ ਅਰਥ ਕੀ ਹੈ? ਸੰਸਕ੍ਰਿਤ ਦਾ ਸ਼ਬਦ ਨਿਸ਼ਕਰਸ਼ ਹੋ ਕੇ ਪੈਦਾ ਹੋਇਆ। ਸੰਸਕ੍ਰਿਤ ਦੀ ਵਿਆਕਰਨ ਦੇ ਵਿਦਵਾਨਾਂ ਨੇ ਭਗਤੀ ਸ਼ਬਦ ਦੀ ਵੀ ਉਤਪੱਤੀ ਜਿਹੜੀ ਹੈ ਉਹ ਤਿੰਨ ਸ਼ਬਦਾਂ ਤੋਂ ਮੰਨੀ। ਤਿੰਨ ਸ਼ਬਦ, ਪਹਿਲਾ ਸ਼ਬਦ ਕੀ ਜਿੱਥੋਂ ਭਗਤੀ ਬਣਿਆ ਉਹ ਕੀ ਹੈ? ਭਜਨਮ ਭਗਤੀ। ਦੂਸਰਾ ਸ਼ਬਦ ਕੀ ਹੈ? ਭਾਗਮ ਭਗਤੀ। ਤੀਸਰਾ ਸ਼ਬਦ ਕੀ ਹੈ? ਥੋੜ੍ਹਾ ਜਿਹਾ ਫਰਕ, ਭੰਜਨਮ ਭਗਤੀ। ਪਹਿਲਾ ਕੀ ਸੀ? ਭਜਨਮ ਭਗਤੀ, ਭਜਨ ਕਰਨਾ। ਹੁਣ ਭਜਨ ਕਿਹਨੂੰ ਕਹਿੰਦੇ ਆ? ਸਹੀ ਗੱਲ ਦੱਸਾਂ, ਮੈਨੂੰ ਵੀ ਦੋ ਕੁ ਦਿਨ ਹੀ ਹੋਏ ਪਤਾ ਲੱਗਾ ਭਜਨ ਕਿਹਨੂੰ ਕਹਿੰਦੇ। ਮੈਂ ਸਮਝਦਾ ਸੀ ਜਾਪ ਕਰਨ ਨੂੰ ਭਜਨ ਕਹਿੰਦੇ। ਇਸੇ ਕਰਕੇ ਸਿੱਖ ਸਾਰੀ ਉਮਰ ਸਿੱਖ ਹੀ ਰਹੇ ਤਾਂ ਚੰਗਾ, ਕਿਉਂ ਜ਼ਿੰਦਗੀ ਬੜਾ ਕੁਝ ਸਿਖਾਵੇਗੀ। ਭਜਨ ਦਾ ਅਰਥ ਮੈਂ ਸਮਝਦਾ ਸੀ ਪਾਠ ਕਰਨਾ, ਜਾਪ ਕਰਨਾ। ਤੁਸੀਂ ਵੀ ਸ਼ਾਇਦ ਇਹੀ ਸਮਝਦੇ ਹੋ। ਦ੍ਰਿਸ਼ਟਾਂਤ ਤਾਂ ਐਡਾ ਵਧੀਆ ਨਹੀਂ, ਪਰ ਗ੍ਰੰਥਾਂ 'ਚ ਲਿਖਿਆ ਤੁਸੀਂ ਸੁਣ ਲਓ, ਦੇਸੀ ਜਿਹਾ ਦ੍ਰਿਸ਼ਟਾਂਤ ਹੈ। ਜਿਨ੍ਹਾਂ ਦਾ ਥੋੜ੍ਹਾ ਬਹੁਤਾ ਵਾਹ ਵਾਸਤਾ ਪਿੰਡਾਂ ਨਾਲ ਹੋਊਗਾ ਉਹਨਾਂ ਨੂੰ ਛੇਤੀ ਸਮਝ ਆਵੇਗਾ। ਉਹ ਕਹਿੰਦੇ ਗਾਵਾਂ ਮੱਝਾਂ ਨੂੰ ਜਦੋਂ ਆਪਾਂ ਚਾਰਾ ਪਾਉਂਦੇ ਨਾ, ਉਹ ਚਾਰਾ ਖਾਣ ਤੋਂ ਬਾਅਦ ਆਪਣਾ ਮੂੰਹ ਮਾਰਦੀਆਂ ਰਹਿੰਦੀਆਂ ਨੇ। ਉਹਨਾਂ ਦੇ ਮੂੰਹ ਦੇ ਵਿੱਚ ਤੁਸੀਂ ਦੇਖੋਗੇ ਚਿੱਟੀ ਜਿਹੀ ਝਾਗਾ ਹੀ ਰਹਿੰਦੀ। ਹੁਣ ਦ੍ਰਿਸ਼ਟਾਂਤ ਐਡਾ ਵਧੀਆ ਨਹੀਂ, ਗੁੱਸਾ ਨਾ ਕਰਿਓ, ਪਰ ਜੋ ਲਿਖਿਆ ਸੁਣਾਉਂਦਾ ਮੈਂ ਤਾਂ। ਉਹਨੂੰ ਕੀ ਕਹਿੰਦੇ ਨੇ ਭਾਸ਼ਾ ਦੇ ਵਿੱਚ? ਉਹਨੂੰ ਕਹਿੰਦੇ ਜੁਗਾਲੀ ਕਰਨੀ। ਜੁਗਾਲੀ ਕਰਨੀ ਜਿਹੜਾ ਉਹ ਵਾਰੀ ਵਾਰੀ ਮੂੰਹ ਮਾਰਦੀਆਂ ਰਹਿੰਦੀਆਂ ਖਾਣ ਤੋਂ ਬਾਅਦ। ਇਸੇ ਤਰ੍ਹਾਂ ਜਦੋਂ ਤੁਸੀਂ ਕਥਾ ਸੁਣ ਲਈ ਨਾ, ਵਾਹਿਗੁਰੂ ਦੇ ਗੁਣ ਸੁਣੇ, ਇਸੇ ਤਰ੍ਹਾਂ
ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦੀ ਕਥਾ ਸੁਣੀ, ਗੁਣ ਸੁਣੇ। ਜਦੋਂ ਤੁਸੀਂ ਇਕੱਲੇ ਬਹਿੰਦੇ ਹੋ, ਸੁਣ ਲੇ ਨਾ ਹੁਣ ਕਥਾ 'ਚ ਸੁਣ ਲੇ, ਜਦੋਂ ਤੁਸੀਂ ਇਕੱਲੇ ਬਹਿੰਦੇ ਹੋ ਉਦੋਂ ਉਹਨੂੰ ਯਾਦ ਕਰਿਓ। ਜਦੋਂ ਇਕੱਲੇ ਬਹੋਗੇ, ਤੁਰੇ ਜਾਂਦੇ ਹੋਗੇ, ਇਕੱਲੇ ਬਹੋਗੇ, ਵੈਸੇ ਤਾਂ ਟਾਈਮ ਵੇਸਟ ਕਰਨ ਨੂੰ ਬੜਾ ਕੁਝ ਅੱਜ ਕੱਲ੍ਹ ਬਣ ਗਿਆ, ਪਰ ਜੇ ਕਿਤੇ ਇਕੱਲੇ ਹੋਗੇ ਫਿਰ ਉਹਦੇ ਵਿੱਚੋਂ ਨਾ ਰਸ ਪੈਦਾ ਹੋਊਗਾ। ਰਸ ਜਦੋਂ ਉਹਨੂੰ ਰਿਪੀਟ ਕਰੋਗੇ ਨਾ, ਰਸ ਪੈਦਾ ਹੋਊਗਾ ਤੁਹਾਡੇ ਅੰਦਰ ਨਾ, ਇੱਕ ਚਾਅ ਪੈਦਾ ਹੋਊਗਾ, ਸਹਿਜ ਆਊਗਾ। ਉਹ ਜਿਹੜਾ ਰਸ ਹੋਊਗਾ ਨਾ, ਰਸ ਉਹਨੂੰ ਕਹਿੰਦੇ ਭਜਨ ਕਿਹਾ ਜਾਂਦਾ। ਮੈਨੂੰ ਅਜੇ 2 ਕੁ ਦਿਨ ਹੋਏ ਮੈਨੂੰ ਪਤਾ ਲੱਗਾ ਵੀ ਭਜਨ ਕਿਹਨੂੰ ਕਹਿੰਦੇ। ਮੈਂ ਸਮਝਿਆ ਪਾਠ ਕਰਨਾ ਹੀ ਭਜਨ, ਪੂਜਾ ਕਰਨੀ ਭਜਨ। ਉਹ ਕਹਿੰਦੇ ਨਹੀਂ, ਆਪਣੇ ਮਾਲਕ ਦੇ ਗੁਣ ਇਕੱਲੇ ਬਹਿ ਕੇ ਯਾਦ ਕਰਨਾ, ਉਹਦੀ ਯਾਦ 'ਚ ਜੁੜਨਾ ਵੀ ਮੇਰੇ ਮਾਲਕ ਨੇ 4 ਸਾਹਿਬਜ਼ਾਦੇ ਬਾਰੇ ਜੋ ਵੀ ਉਹਦੇ ਪਰਉਪਕਾਰ, ਉਹ ਜਦੋਂ ਯਾਦ ਕਰੋਗੇ ਰਸ 'ਚ ਆਓਗੇ। ਕਈ ਵਾਰੀ ਤੁਸੀਂ ਇਕੱਲੇ ਬੈਠੇ ਰੋਣ ਵੀ ਲੱਗ ਪੋਗੇ, ਅੱਖਾਂ 'ਚ ਅੱਥਰੂ ਵੀ ਆ ਜਾਣਗੇ ਮਹਾਰਾਜ ਨੂੰ ਯਾਦ ਕਰਕੇ। ਉਹ ਅਵਸਥਾ ਜਿਹੜੀ ਹੋਊਗੀ ਉਹਨੂੰ ਭਜਨ ਕਿਹਾ ਜਾਂਦਾ। ਸੱਜਣਾ ਦੇਖੋ ਕਿੱਥੇ ਗੱਲ ਖੜੀ। ਤਾਂ ਇਸ ਤੋਂ ਕਹਿੰਦੇ ਭਗਤੀ ਪੈਦਾ ਹੁੰਦੀ। ਦੂਸਰੀ ਕੀ ਸੀ? ਭਾਗ। ਭਾਗ ਕਹਿੰਦੇ ਹਿੱਸਾ। ਘਰ ਵਟਾਉਂਦੇ ਕਿ ਨਹੀਂ ਵਟਾਉਂਦੇ, ਹਿੱਸਾ ਲੈਂਦੇ ਕਿ ਨਹੀਂ ਲੈਂਦੇ, ਰੁਪਈਆ ਤੱਕ ਛੱਡ ਕੇ ਰਾਜੀ ਨਹੀਂ, ਭਾਵੇਂ ਸਕੇ ਹੀ ਆ ਇੱਕ ਲਓ ਹੀ। ਇਸੇ ਤਰ੍ਹਾਂ ਰੱਬ ਦਾ ਹਿੱਸਾ ਕੱਢ ਭਾਵੇਂ ਸਾਰੀ ਦੁਨੀਆ ਉਲਟੋ ਦੇ। ਸਿਮਰਨ ਦਾ ਹਿੱਸਾ ਕੱਢ, ਇਹਨੂੰ ਕਹਿੰਦੇ ਭਾਗਮ ਭਗਤੀ। ਇਹਦੇ ਤੋਂ ਵੀ ਕਹਿੰਦੇ ਭਗਤੀ ਸ਼ਬਦ ਪੈਦਾ ਹੋਇਆ। ਤੀਸਰਾ ਸ਼ਬਦ ਵਿਆਕਰਨ ਮੁਤਾਬਕ ਭੰਜਨਾ ਭਗਤੀ, ਭੰਨਣਾ, ਕਿਸੇ ਨੂੰ ਤੋੜਨਾ। ਰਾਗ ਦਵੈਖ ਸਰੀਰ ਦਾ ਮੋਹ, ਇਹ ਭੰਨ ਕੇ ਤੋੜ ਕੇ ਆਲਸ ਨੂੰ ਪਿੱਛੇ ਛੱਡ ਕੇ ਰੱਬ ਦੀ ਬੰਦਗੀ ਕਰ, ਇਹ ਕਰਕੇ ਦਿਖਾ। ਇਹ 3 ਸ਼ਬਦੀ ਆ ਕਹਿੰਦੇ ਭਗਤੀ ਦੀ ਮਾਂ ਨੇ, ਜਿੱਥੋਂ ਭਗਤੀ ਸ਼ਬਦ ਪੈਦਾ ਹੁੰਦਾ। ਤਾਂ ਕਿੰਨੀ ਭਗਤ ਪ੍ਰੇਮ ਲਿਵ ਲਾਈ, ਇਹ ਪਹਿਲੀ ਪੰਕਤੀ ਦੀ ਵਿਆਖਿਆ ਕਰਨ ਦਾ ਯਤਨ ਕੀਤਾ। ਦੂਸਰੀ ਪੰਕਤੀ ਫਿਰ ਭਾਈ ਕੀਰਤ ਸਾਹਿਬ ਜੀ ਉਚਾਰਨ ਕਰਦੇ ਹਨ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਹੁਣ ਉਹਨਾਂ ਤੋਂ ਬਾਅਦ ਵਾਰੀ ਕਿਹਦੀ ਆਈ? ਧੰਨ ਗੁਰੂ ਅੰਗਦ ਦੇਵ ਸਾਹਿਬ ਦੀ। ਗੁਰੂ ਨਾਨਕ ਦੇ ਅੰਗ ਦੇ ਨਾਲ ਲੱਗਣ ਕਰਕੇ ਬਣ ਗਏ ਅੰਗਦ। ਅੰਗ ਦਾ ਅਰਥ ਹੁੰਦਾ ਹਿਰਦਾ। ਗੁਰੂ ਨਾਨਕ ਦੇ ਹਿਰਦੇ 'ਚ ਉਹ ਪ੍ਰਵਾਨ ਹੋਏ, ਉਹ ਬਣ ਗਏ ਗੁਰੂ ਅੰਗਦ ਦੇਵ ਸਾਹਿਬ। ਉਹ ਫਿਰ ਬਣੇ ਸ਼ਾਇਰ। ਸ਼ਾਇਰ ਕਹਿੰਦੇ ਕਵੀ ਨੂੰ, ਕਵੀਸ਼ਰ। ਸ਼ਾਇਰ ਦਾ ਅਰਥ ਹੁੰਦਾ ਕਵੀਸ਼ਰ, ਕਵਿਤਾ ਰਚਣ ਵਾਲਾ, ਭਾਵ ਵਾਹਿਗੁਰੂ ਦਾ ਜਸ ਕਰਨ ਵਾਲੇ, ਵਾਹਿਗੁਰੂ ਦੀ ਉਸਤਤ ਕਰਨ ਵਾਲੇ ਉਹ ਸ਼ਾਇਰ ਬਣੇ ਗੁਰੂ ਅੰਗਦ ਦੇਵ ਸਾਹਿਬ। ਉਹਨਾਂ ਨੇ ਕਿਹੜਾ ਸਿਧਾਂਤ ਕਾਇਮ ਕੀਤਾ? ਜਿਹੜਾ ਬਾਬੇ ਨਾਨਕ ਨੇ ਦਿੱਤਾ ਸੀ, 3 ਸ਼ਬਦ ਸੁਰਤ ਕੀ ਨੀਵ ਰਖਾਈ, ਕਿ ਗੁਰੂ ਕੇ ਸਿੱਖੋ ਸਿਰਫ ਤੇ ਸਿਰਫ ਸ਼ਬਦ ਅਤੇ ਸੁਰਤ ਦਾ ਅਭਿਆਸ ਕਰੋ। ਬਸ
ਸੁਰਤ ਦੇ ਵਿੱਚ ਸ਼ਬਦ ਨੂੰ ਟਿਕਾਓ, ਜੇ ਟਿਕ ਜਾਵੇਗਾ ਤੇ ਟਿਕਦਾ ਕਿੱਦਾਂ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ, ਵਾਰੀ ਵਾਰੀ ਦੁਹਰਾਈ ਚੱਲੋ। ਕਈ ਸੱਜਣ ਕਹਿੰਦੇ ਲਿਵ ਲੱਗਦੀ ਨਹੀਂ, ਧਿਆਨ ਜੁੜਦਾ ਨਹੀਂ, ਕੁਝ ਕਹਿ ਲਓ ਸੁਰਤ ਜੁੜਦੀ ਨਹੀਂ, ਬੜੇ ਸ਼ਬਦ ਵਿਦਵਾਨਾਂ ਦੇ ਘੜੇ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਤੇਰਾ ਕੰਮ ਆ ਜੱਪਣਾ, ਜੱਪੀ ਚੱਲ ਲਿਵ ਇਹਨੇ ਲਾਉਣੀ, ਲਿਵ ਇਹਦਾ ਕੰਮ ਹੈ। ਤੁਸੀਂ ਸ਼ਬਦ ਸੁਣਿਆ ਨਾ ਅਨੰਦ ਸਾਹਿਬ, ਗੁਰਮੁਖ ਸਦਾ ਸੰਭਾਲੀਏ, ਗੁਰਮੁਖ ਦਾ ਕੰਮ ਕੀ ਹੈ, ਨਾਗਾ ਨਹੀਂ ਪੈਣ ਦੇਣਾ, ਇਹਦਾ ਕੰਮ ਕੀ ਹੈ, ਆਪਣੀ ਲਿਵ ਆਪੇ ਲਾਵੇ। ਤੇਰਾ ਕੰਮ ਕੀ ਹੈ, ਗੁਰਮੁਖ ਸਦਾ ਸੰਭਾਲੀਏ। ਤਾਂ ਮਹਾਰਾਜ ਜੀ ਕਹਿੰਦੇ ਸ਼ਬਦ ਸੁਰਤ ਦੀ ਕਮਾਈ ਕਰ ਜ਼ਿੰਦਗੀ ਦੇ ਵਿੱਚ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਪੁੱਛਿਆ, ਚਰਪਟ ਨਾਥ ਬੜੇ ਵੱਡੇ ਸਿੱਧ ਹੋਏ ਨੇ, ਸ਼ਕਤੀਆਂ ਦੇ ਮਾਲਕ ਹੋਏ ਨੇ, ਹਿਮਾਲਿਆ 'ਤੇ ਰਹਿੰਦੇ ਸੀ, ਯੋਗੀ ਸਨ, ਦਸਮ ਦੁਆਰ 'ਚ ਸਵਾਸ ਰੋਕ ਕੇ ਬੜੀ ਉਮਰ ਲੰਮੀ ਵਧਾਈ ਸੀ, ਔਰ ਬੜੇ ਸਾਧੂ ਸੀ, ਗੁਰਮੁਖ ਸੀ। ਵੈਸੇ ਤਪਸਵੀ ਬੰਦੇ ਬੜੇ ਗੁੱਸੇਖੋਰ ਹੁੰਦੇ, ਪਰ ਉਹ ਬੜੇ ਨਿਮਰਤਾ ਵਾਲੇ ਅਤੇ ਗੁਰਮੁਖ ਸੀ। ਉਹਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਮੱਥਾ ਟੇਕਿਆ ਜਦੋਂ ਮਹਾਰਾਜ ਹਿਮਾਲਿਆ ਪਰਬਤ 'ਤੇ ਗਏ ਸਿੱਧਾਂ ਨਾਲ ਚਰਚਾ ਕਰਨ ਵਾਸਤੇ। ਉਹਨੇ ਬੇਨਤੀ ਕੀਤੀ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਦੁਨੀਆ ਤਰਨੀ ਬੜੀ ਔਖੀ, ਦੁਨੀਆ ਇੱਕ ਸਮੁੰਦਰ ਹੈ, ਇਹ ਤੋਂ ਪਾਰ ਜਾਣਾ ਵੱਸ ਦੀ ਗੱਲ ਨਹੀਂ ਸਾਡੇ, ਅਤੇ ਤੁਸੀਂ ਜਗਤ ਗੁਰੂ ਹੋ, ਮੈਂ ਸਵਾਲ ਕਰਦਾ ਤੁਹਾਨੂੰ ਵੀ ਕੋਈ ਸੌਖਾ ਰਾਹ ਦੱਸ, ਦੁਨੀਆ ਨੂੰ ਕਿੱਦਾਂ ਤਰੀਏ। ਚਰਪਟ ਬੋਲੇ ਔਧੂ ਨਾਨਕ, ਦੇਹੋ ਸੱਚਾ ਵਿਚਾਰੋ। ਔਧੂ ਕਹਿੰਦੇ ਸ਼ੁੱਧ ਨੂੰ, ਜਿਹੜਾ ਸਾਫ਼ ਹੋਵੇ, ਪਿਓਰ ਹੋਵੇ। ਅੱਗਿਓਂ ਮਹਾਰਾਜ ਪਤਾ ਕੀ ਕਹਿੰਦੇ, ਆਪੇ ਆਖੇ ਆਪੇ ਸਮਝੇ ਅਤੇ ਇਸ ਕਿਆ ਉੱਤਰ ਦੀਜੇ। ਕਹਿੰਦੇ ਚਰਪਟ ਨਾਥਾ, ਤੈਨੂੰ ਪਤਾ ਸਭ ਆ, ਤੈਨੂੰ ਪਤਾ ਦੁਨੀਆ ਕਿੱਦਾਂ ਤਰਦੀ ਆ, ਪਰ ਤੂੰ ਮੇਰਾ ਮਾਣ ਕਰਦਾ, ਸਤਿਕਾਰ ਕਰਦਾ, ਮੈਂ ਤੈਨੂੰ ਕੀ ਜਵਾਬ ਦੇਵਾਂ ਤੇਰੇ 'ਤੇ, ਤੇ ਪਹਿਲਾਂ ਰੱਬ ਦੀ ਕਿਰਪਾ। ਆਪੇ ਆਖੇ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ, ਸਾਚ ਕਹੋ ਤੁਮ ਪਾਰ ਗਰਾਮੀ, ਤੂੰ ਤੇ ਜੀਵਨ ਮੁਕਤ, ਤੂੰ ਤੇ ਬ੍ਰਹਮ ਗਿਆਨੀ ਹੈ। ਤਾਂ ਮਹਾਰਾਜ ਕਹਿੰਦੇ ਤੁਝ ਕਿਆ ਬੈਸਣ ਦੀਜੈ, ਤੈਨੂੰ ਕੀ ਜਵਾਬ ਦੇਵਾਂ। ਮਹਾਰਾਜ ਸਮਝ ਗਏ ਵੀ ਇਹ ਚਾਹੁੰਦਾ ਵਾ ਵੀ ਲੋਕਾਂ ਦਾ ਭਲਾ ਹੋਵੇ, ਇਹਨੇ ਤਾਂ ਪ੍ਰਸ਼ਨ ਕੀਤਾ, ਕਿਉਂ ਸਾਧ ਜਿਹੜੇ ਹੁੰਦੇ ਨਾ, ਸਾਧ ਇਹ ਢੋਲ ਵਰਗੇ ਹੁੰਦੇ ਆ, ਇਹ ਬਿਨਾਂ ਡੱਗੇ ਤੋਂ ਬੋਲਦੇ ਨਹੀਂ, ਪਹਿਲਾਂ ਕੋ ਪ੍ਰਸ਼ਨ ਕਰੋ ਇਹ ਫਿਰ ਬੋਲਦੇ, ਨਹੀਂ ਤੇ ਚੁੱਪ ਕਰਕੇ ਬੈਠੇ ਰਹਿਣਾ, ਜੇ ਪੁੱਛੋ ਤਾਂ ਬੋਲਣਗੇ, ਨਹੀਂ ਤੇ ਨਹੀਂ ਬੋਲਣਗੇ। ਉਹਨੇ ਪ੍ਰਸ਼ਨ ਕਰਤਾ ਮਹਾਰਾਜ ਦੇ ਚਰਨਾਂ 'ਚ, ਅੱਗਿਓਂ ਫਿਰ ਮਹਾਰਾਜ ਨੇ ਜਵਾਬ ਦਿੱਤਾ, ਬਾਣੀ ਦਾ ਨਾਮ ਆ ਜੀ ਸਿੱਧ ਗੋਸ਼ਟ, ਗੋਸ਼ਟੀਆਂ ਸਿੱਧਾਂ ਨਾਲ, ਜੋਗੀਆਂ ਨਾਲ। ਮਹਾਰਾਜ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਹਿ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਿਖਾਣੇ। ਕਹਿੰਦੇ ਦੁਨੀਆ ਸਮੁੰਦਰ, ਪਰ ਮੁਰਗਾਬੀ ਦੇਖੀ, ਰਹਿੰਦੀ ਪਾਣੀ 'ਚ ਆ, ਪਰ ਖੰਭ ਉਹਦੇ ਭਿੱਜਦੇ ਨਹੀਂ।
ਕਮਲ ਦਾ ਫੁੱਲ ਦੇਖਿਆ ਵਾ, ਚਿੱਕੜ 'ਚ ਪੈਦਾ ਹੁੰਦਾ ਪਰ ਨਿਰਲੇਪ। ਇਸੇ ਤਰ੍ਹਾਂ ਘਰ 'ਚ ਬੈਠਾ, ਦੁਕਾਨ 'ਤੇ ਬੈਠਾ, ਪਰਿਵਾਰ 'ਚ ਬੈਠਾ, ਸ਼ਬਦ ਅਤੇ ਸੁਰਤ ਦੀ ਕਮਾਈ ਕਰੀ ਜਾ ਕਹਿੰਦੇ ਪਾਰ ਚਲਿਆ ਜਾਵੇ, ਦੁਨੀਆਂ ਤੋਂ ਪਾਰ ਹੋ ਜਾਏਗਾ। ਜੈਸੇ ਜਲ ਮੈਂ ਕਮਲ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਿਖਾਣੇ। ਇਹ ਸਾਡੀ ਇੱਕ ਬੜੀ ਵੱਡੀ ਪਰੰਪਰਾ ਸੀ, ਮੈਂ ਤੁਸੀਂ ਗੁੱਸਾ ਨਾ ਕਰਿਓ, ਜਿਹੜੀਆਂ ਸਾਡੀਆਂ ਮਾਵਾਂ ਸੀ ਨਾ ਪੁਰਾਣੀਆਂ, ਇਹ ਬੜੀਆਂ ਅਸੂਲਾਂ ਦੀਆਂ ਕੱਟੜ ਸੀ। ਇੱਕ ਬੜੇ ਵੱਡੇ ਵਿਦਵਾਨ ਹੋਏ ਪ੍ਰਿੰਸੀਪਲ ਸਤਬੀਰ ਸਿੰਘ ਜੀ, ਬੜਾ ਉਹਨਾਂ ਇਤਿਹਾਸ ਲਿਖਿਆ ਮਹਾਰਾਜ ਦੀ ਉਸਤਤ ਵਿੱਚ, ਨਵੀਆਂ ਖੋਜਾਂ ਵੀ ਕੀਤੀਆਂ ਨੇ। ਉਹਨਾਂ ਨੇ ਜ਼ਿਕਰ ਕੀਤਾ ਮਾਤਾ ਰਣਜੀਤ ਕੌਰ ਅਤੇ ਪਿਤਾ ਸਰਦਾਰ ਹਰਨਾਮ ਸਿੰਘ। ਉਹ ਲਿਖਦੇ ਆ ਕਿ ਮਾਤਾ ਜੀ ਇੰਨੇ ਕਰੜੇ ਸੀ ਅਸੂਲ ਦੇ, ਘਰ ਦੇ ਵਿੱਚ ਜੇ ਕੋਈ ਪ੍ਰਾਹੁਣਾ ਨਹੀਂ ਆ ਜਾਣਾ ਉਹਨੂੰ ਓਨਾ ਚਿਰ ਰੋਟੀ ਨਹੀਂ ਮਿਲਣੀ ਜਿੰਨਾ ਚਿਰ ਉਹਨੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ। ਕਰ ਸਕਦੇ ਇੱਦਾਂ ਘਰਾਂ 'ਚ? ਕਰਨ ਲੱਗ ਪਓ ਤੁਸੀਂ ਤੇ ਨਾਮ ਜਪੋਗੇ, ਤੁਹਾਡੇ ਰਿਸ਼ਤੇਦਾਰ ਵੀ ਬਾਣੀ ਪੜ੍ਹ ਲੱਗ ਪੈਣ। ਜਿੰਨਾ ਚਿਰ ਜਪਜੀ ਨਹੀਂ ਪੜ੍ਹ ਲੈਂਦਾ ਮਜਾਲ ਆ, ਕੋਈ ਰੋਟੀ ਮਿਲ ਜੂਗੀ ਨਾ, ਘਰ 'ਚੋਂ ਬਾਹਰ ਹੋ ਜਾ, ਨਹੀਂ ਤਾਂ ਜਪਜੀ ਸਾਹਿਬ ਕਰ, ਭਾਵੇਂ ਪ੍ਰਾਹੁਣਾ ਭਾਵੇਂ ਰਿਸ਼ਤੇਦਾਰ। ਧਰਮ ਦੇ ਨਾਂ 'ਤੇ ਢਿੱਲ ਨਾ ਦਿਆ ਕਰੋ, ਧਰਮ ਦੇ ਨਾਂ 'ਤੇ ਕਦੀ ਢਿੱਲ ਨਾ ਦਿਓ। ਇਹ ਮਨ ਬੜਾ ਬੇਈਮਾਨ ਆ, ਇੱਕ ਦੋ ਬਾਕੀ ਆਪੇ ਕਰ ਲੈਂਦਾ। ਤਾਂ ਮਹਾਰਾਜ ਜੀ ਜਾਂ ਫਿਰ ਇੱਕ ਨਾ ਸਾਡੀ ਪਰੰਪਰਾ ਸੀ, ਹੁਣ ਤੁਸੀਂ ਕਿੱਡੇ ਕਿੱਡੇ ਸਮਾਗਮ ਕਰਦੇ ਆ, ਜਨਮ ਦਿਨ ਹੋਰ ਕਈ ਕੁਝ ਬੜਾ ਕੁਝ ਤੁਸੀਂ ਕਰਦੇ, ਜਦੋਂ ਤੁਸੀਂ ਅਖੰਡ ਪਾਠ ਸਾਹਿਬ ਕਰਾਉਂਦੇ ਕਿੱਡਾ ਇਕੱਠ ਕਰਦੇ, ਕਿੰਨਾ ਕੁਝ ਬਣਾਉਂਦੇ ਤੁਸੀਂ, ਸਾਰਾ ਭਾਈਚਾਰਾ ਸੱਦਦੇ ਹਾਂ ਅਤੇ ਮਾਣ ਮਹਿਸੂਸ ਕਰਦੇ ਹਾਂ ਆਪਣੇ ਭਾਈਚਾਰੇ ਪ੍ਰਭਾਵਾਂ ਕਰਕੇ ਵੀ ਸਾਡਾ ਭਾਈਚਾਰਾ ਸਾਡਾ ਨਾਂ ਬਣਦਾ ਇਹਨਾਂ 'ਚ। ਆਪਣੇ ਸਿੱਖਾਂ ਦੇ ਵਿੱਚ ਇੱਕ ਪਰੰਪਰਾ ਸੀ ਜਿਹੜੀ ਖਤਮ ਹੋ ਗਈ, ਹੁਣ ਜੇ ਤੁਸੀਂ ਚਾਹੋ ਤਾਂ ਦੁਬਾਰਾ ਸ਼ੁਰੂ ਹੋ ਸਕਦੀ ਹੈ। ਉਹ ਪਰੰਪਰਾ ਕੀ ਸੀ? ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾਉਣਾ। ਆ ਜਿਹੜੀ ਪੱਛਮੀ ਵਿਦਿਆ ਨਾ, ਇਹਦੀ ਪ੍ਰਪਾਟੀ ਨੇ ਸਾਡੀ ਧਾਰਮਿਕ ਵਿਦਿਆ ਖਤਮ ਕੀਤੀ। ਜਦੋਂ ਬੱਚਾ ਪੰਜਾਂ ਸੱਤਾਂ ਸਾਲਾਂ ਦਾ ਹੋ ਜਾਂਦਾ, ਥੋੜ੍ਹੀ ਜਿਹੀ ਸੁਰਤ ਸਾਂਭਣ ਲੱਗ ਪਏ, ਪਤਾ ਕੀ ਕਰਨਾ? ਇੱਕ ਦਿਨ ਨਿਸ਼ਚਿਤ ਕਰਕੇ ਵੱਡੇ ਵਡੇਰੇ ਧੀਆਂ ਭੈਣਾਂ ਜਿੱਥੇ ਵੀ ਵਿਆਹੀਆਂ, ਨਾਨਕੇ ਦਾਦਕੇ ਸਹੁਰੇ ਜਿੰਨੇ ਰਿਸ਼ਤੇਦਾਰ ਭਾਈਚਾਰਾ ਉਹ ਸੱਦਣੇ, ਸੱਦ ਕੇ ਬੜਾ ਕੁਝ ਬਣਾਉਣਾ ਜਿਵੇਂ ਸਮਾਗਮ 'ਚ ਬਣਦਾ। ਇੱਥੋਂ ਤੱਕ ਘਰਾਂ ਦੇ ਉੱਤੇ ਦੀਪ ਮਾਲਾ ਲਾਉਣੀ, ਅੱਜ ਕੱਲ੍ਹ ਜਿਵੇਂ ਬਲਬ ਲੱਗਦੇ ਇਹ ਵੀ ਕਰਨੇ। ਬੱਚੇ ਨੂੰ ਜਦੋਂ 7-8 ਸਾਲ ਦਾ ਹੋ ਜਾਵੇ ਕੇਸੀ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਾ ਕੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਆਉਣਾ। ਭਾਈ ਸਾਹਿਬ ਨੇ ਖਲੋ ਕੇ ਅਰਦਾਸ ਕਰਨੀ, ਹੁਕਮਨਾਮਾ ਲੈਣਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੱਚੇ ਦਾ ਹੱਥ ਫੜ ਕੇ ਬਿਠਾ ਦੇਣਾ ਅਤੇ 5 ਪੌੜੀਆਂ ਭਾਈ ਸਾਹਿਬ ਨੇ ਅੱਗੇ ਪੜ੍ਹਦੀਆਂ ਜਪਜੀ ਸਾਹਿਬ ਦੀਆਂ।
ਬੱਚੇ ਨੇ ਨਾਲ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੰਜ ਪੜ੍ਹਦੀਆਂ ਅਤੇ ਫਿਰ ਉਹਨਾਂ ਜਕਾਰੇ ਛੱਡਣੇ, ਪਟਾਕੇ ਚਲਾਉਣੇ, ਜਿੱਦਾਂ ਵਿਆਹ ਹੁੰਦਾ ਵਾ ਵੀ ਸਾਡਾ ਪੁੱਤ ਗੁਰੂ ਗ੍ਰੰਥ ਸਾਹਿਬ ਦੀ ਚਰਨੀ ਲੱਗਾ। ਅੱਜ ਤੁਸੀਂ ਮੈਡੀਕਲ ਦੀ ਪੜ੍ਹਾਈ ਕਰਾਉਣ ਵਾਸਤੇ ਲੱਖਾਂ ਰੁਪਈਆ ਦਿੰਦੇ ਹੋ, ਔਰ ਇੱਕ ਨਿੱਕੀ ਜਿਹੀ ਪਰੰਪਰਾ ਤੁਸੀਂ ਆਪਣੀ ਭੁੱਲ ਗਏ, ਗੁਰੂ ਗ੍ਰੰਥ ਸਾਹਿਬ ਦੇ ਚਰਨੀ ਕਿੱਦਾਂ ਲੱਗਦਾ। ਇਹ ਸਾਡੀ ਮਰਿਆਦਾ ਸੀ, ਪੁਰਾਣੇ ਸਮੇਂ ਵਿੱਚ ਇਹ ਕੀਤੀ ਜਾਂਦੀ ਸੀ। ਤਾਂ ਇਸ ਤੋਂ ਅੱਗੇ ਹੁਣ ਸਮਾਂ ਨਹੀਂ ਬਹੁਤਾ ਵਿਸਥਾਰਦਾ, ਤਾਂ ਸ਼ਬਦ ਸੁਰਤ ਦੀ ਜਿਹੜੀ ਨੀਂਹ ਆ ਇਹ ਗੁਰੂ ਅੰਗਦ ਦੇਵ ਸਾਹਿਬ ਨੇ ਪੱਕੀ ਕੀਤੀ, ਇਹ ਪੱਕੀ ਕਰਕੇ ਰੱਖੀ ਹੈ। ਅਤੇ ਮੈਂ ਬੇਨਤੀ ਕਰੂੰਗਾ ਜ਼ਰੂਰ ਘਰਾਂ 'ਚ ਸ਼ੁਰੂ ਕਰੋ। ਨਹੀਂ ਕੁਝ ਕਰ ਸਕਦੇ, ਇੱਕ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਤੇ ਬੱਚਿਆਂ ਨੂੰ ਲਿਆ ਕੇ ਭਾਈ ਜੀ ਨੂੰ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਦੇ ਚਰਨੀ। ਬਾਕੀ ਸਾਰਾ ਕੁਝ ਕਰ ਲੈਂਦੇ ਹਾਂ, ਜਨਮ ਦਿਨ ਮਨਾਈ ਜਾਂਦੇ, ਹੁਣ ਇਹ ਵੀ ਨਹੀਂ ਪਤਾ ਹੁੰਦਾ ਵੀ ਚਲੋ ਰਹਿਣਾ ਤਾਂ ਕਿਸੇ ਨੇ ਨਹੀਂ, ਬੜਾ ਕੁਝ ਕਰਦੇ, ਹੋਰ ਕਿੰਨੇ ਆਪਾਂ ਸਮਾਗਮ ਕਰਦੇ, ਕਿੰਨਾ ਪੈਸਾ ਖਰਚਦੇ ਹਾਂ। ਔਰ ਇੱਕ ਨਿੱਕੀ ਜਿਹੀ ਪਰੰਪਰਾ ਜਿੱਥੋਂ ਸਾਰੀ ਗੁਰਮਤਿ ਸ਼ੁਰੂ ਹੁੰਦੀ ਉਹ ਕੋਈ ਨਹੀਂ ਅੱਜ ਕਰਦਾ, ਰਹੋ ਵਿਚਾਰ। ਤਾਂ ਗੁਰੂ ਅੰਗਦ ਦੇਵ ਸਾਹਿਬ ਨੇ ਕਿਰਪਾ ਕੀਤੀ, ਸ਼ਬਦ ਸੁਰਤ ਦੀ ਜਿਹੜੀ ਨੀਂਵ ਸੀ ਉਹ ਸਿੱਖਾਂ ਦੇ ਵਿੱਚ ਰੱਖੀ। ਗਰੀਬ ਨਵਾਜ ਨੇ ਹੋਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਈ। ਗੁਰੂ ਅਮਰਦਾਸ ਸਾਹਿਬ ਦੀ ਕਥਾ ਮੈਂ ਇੱਕ ਜ਼ਬਾਨ ਨਾਲ ਨਹੀਂ ਸੁਣਾ ਸਕਦਾ, ਕਿਉਂ ਉਹ ਪੂਰੇ ਨੇ, ਪੂਰਿਆਂ ਦੀ ਗੱਲ ਅਧੂਰੇ ਬੰਦੇ ਬਹੁਤੀ ਚੰਗੀ ਤਰ੍ਹਾਂ ਨਹੀਂ ਕਰ ਸਕਦੇ। ਇਸ ਕਰਕੇ ਅਸੀਂ ਨਦੀ 'ਤੇ ਮਿਣ ਸਕਦੇ ਹਾਂ, ਦਰਿਆ ਵੀ ਮਾਪ ਸਕਦੇ, ਪਰ ਸਮੁੰਦਰ ਮਾਪਣਾ ਸਾਡੇ ਵੱਸ ਦੀ ਗੱਲ ਨਹੀਂ। ਅਸੀਂ ਆਪਣੇ ਮਕਾਨ ਦੀ ਛੱਤ ਤਾਂ ਮਾਪ ਕੱਢ ਸਕਦੇ ਵੀ ਇੰਨੇ ਬਾਏ ਇੰਨੇ ਦਾ ਕਮਰਾ, ਪਰ ਅਸਮਾਨ ਮਾਪਣਾ ਇਹ ਸਾਡੇ ਵੱਸ ਦੀ ਗੱਲ ਨਹੀਂ। ਅਸੀਂ ਪਾਣੀ ਦਾ ਬਿੱਲ ਤਾਂ ਦੇ ਸਕਦੇ ਹਾਂ, ਉਹਦਾ ਵੀ ਕੱਢ ਸਕਦੇ ਵੀ ਇੰਨਾ ਪਾਣੀ ਵਰਤਿਆ ਜਾਂਦਾ, ਪਰ ਮੀਂਹ ਦੀਆਂ ਕਣੀਆਂ ਗਿਣਦੀਆਂ ਇਹ ਸਾਡੇ ਵੱਸ ਦੀ ਗੱਲ ਨਹੀਂ। ਇੰਨੇ ਪ੍ਰਮਾਣ ਦੇ ਕੇ ਭੱਟ ਕੀਰਤ ਜੀ ਜਾਂ ਭੱਟਾਂ ਨੇ ਬਾਣੀ ਵਿੱਚ ਆਖਿਆ ਵੀ ਗੁਰੂ ਅਮਰਦਾਸ ਸਾਹਿਬ ਦੀ ਉਸਤਤ ਪੂਰੀ ਕਰਨੀ ਸਾਡੇ ਵੱਸ ਦੀ ਗੱਲ। ਇਸ ਕਰਕੇ ਇੱਕ ਜ਼ਬਾਨ ਨਾਲ ਮੈਂ ਆਪਣੇ ਗੁਰੂ ਦੀ ਪੂਰੀ ਸਿਫਤ ਨਹੀਂ ਕਰ ਸਕਦਾ। ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ। ਹੁਣ ਸਾਰੇ ਸੰਸਾਰ ਨੂੰ ਤਾਰਨ ਵਾਸਤੇ ਧੰਨ ਗੁਰੂ ਰਾਮਦਾਸ ਸਾਹਿਬ ਨੂੰ, ਧੰਨ ਗੁਰੂ ਅਮਰਦਾਸ ਸਾਹਿਬ ਨੇ ਗੁਰਤਾ ਗੱਦੀ ਰੂਪ ਵਡਿਆਈ ਜਿਹੜੀ ਹੈ ਉਹ ਦਿੱਤੀ ਹੈ, ਅਤੇ ਅੱਜ ਸਾਰਾ ਸੰਸਾਰ ਉਹਨਾਂ ਦੇ ਦਰ 'ਤੇ ਜਾ ਕੇ ਹੱਥ ਜੋੜ ਕੇ ਨਮਸਕਾਰਾਂ ਕਰਕੇ ਬੇੜੇ ਪਾਰ ਹੋ ਰਹੇ। ਵੈਸੇ ਪੁਰਾਣੇ ਸਮੇਂ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਸਾਧ ਸੰਗਤ ਦਾ ਫਲ ਬੜਾ ਵੱਡਾ ਹੈ, ਉਹਨਾਂ ਦੀ ਬਾਣੀ ਦੇ ਵਿੱਚ ਬੜੀ ਵੱਡੀ ਮਹਿਮਾ ਹੈ। ਉਹਨਾਂ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਵੀ ਇਹੋ ਜਿਹੇ ਪਵਿੱਤਰ ਬਚਨ ਅੰਕਿਤ ਕੀਤੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰੇ।
18ਵੀਂ ਸਦੀ ਦੇ ਵਿੱਚ ਇੱਕ ਗੱਲ ਅੰਕਿਤ ਕੀਤੀ ਹੈ। ਕਿਸੇ ਸਰਦਾਰ ਦਾ, ਰਾਜਾ ਮਹਾਰਾਜਾ ਕਹਿ ਲਓ, ਰੋਗ ਨਹੀਂ ਸੀ ਦੂਰ ਹੁੰਦਾ। ਬੜੇ ਵੱਡੇ ਇਲਾਜ ਕਰਾਏ, ਬੜੀ ਵੱਡੀ ਗਣਨਾ ਜੋਤਿਸ਼ੀਆਂ ਪਾਸੋਂ ਕਰਾਈ, ਪਰ ਗੱਲ ਬਣੀ ਨਹੀਂ। ਉਹਨੂੰ ਕਿਸੇ ਨੇ ਕਹਿ ਦਿੱਤਾ, ਜੇ ਤੈਨੂੰ ਕੋਈ ਅਸਮੇਧ ਜੱਗ ਦਾ ਫਲ ਦੇਵੇ ਫਿਰ ਤੇਰਾ ਰੋਗ ਦੂਰ ਹੋਵੇਗਾ। ਕਿਉਂ ਰਾਤੀ ਬਾਬਾ ਜੀ ਬੜੇ ਪਿਆਰੇ ਵਚਨ ਕਰਦੇ ਪਏ ਸੀ। ਇੱਕ ਹੁੰਦਾ ਕਹਿੰਦੇ ਜਨਮ ਰੋਗ, ਇੱਕ ਹੁੰਦਾ ਕਰਮ ਰੋਗ। ਉਹਨਾਂ ਤਿੰਨ ਚਾਰ ਚੀਜ਼ਾਂ ਗਿਣਾ ਕੇ ਆਖਿਆ, ਜਿਹੜਾ ਇਕੱਲਾ ਰੋਗ ਆ ਨਾ, ਇਕੱਲਾ ਰੋਗ ਉਹ ਹਟ ਸਕਦਾ ਵਾ। ਜਨਮ ਰੋਗ ਮਾਤਾ ਦੇ ਗਰਭ ਦੇ ਵਿੱਚ ਹੀ ਕੁਝ ਇੱਦਾਂ ਦੀ ਗੱਲ ਹੋ ਗਈ, ਉਹ ਨਹੀਂ ਕੋਈ ਡਾਕਟਰ ਠੀਕ ਕਰ ਸਕਦਾ, ਉਹ ਰੱਬ ਹੀ ਕਰੇ। ਕਰਮ ਰੋਗ, ਤੁਸੀਂ ਜਾਣ ਬੁੱਝ ਕੇ ਮਾੜੇ ਕੰਮ ਕਰਨ ਲੱਗ ਪਏ, ਸਭ ਪਤਾ ਸੀ ਪਰ ਜਾਣ ਬੁੱਝ ਕੇ ਮਾੜੇ ਬੰਨੇ ਤੁਰ ਪਏ, ਉਹਦਾ ਵੀ ਕੋਈ ਹੱਲ ਨਹੀਂ, ਕਿਉਂਕਿ ਜਾਣ ਬੁੱਝ ਕੇ ਕੀਤੇ ਗਏ। ਇਕੱਲਾ ਜਿਹੜਾ ਰੋਗ ਆ ਉਹ ਹਟ ਸਕਦਾ, ਉਹ ਕੋਈ ਅਰਦਾਸ ਕਰੇ, ਬਾਣੀ ਪੜ੍ਹੇ, ਉਹ ਠੀਕ ਹੋ ਜਾਂਦਾ। ਤਾਂ ਬੇਨਤੀ ਕਰਾਂ, ਉਹਨੂੰ ਕਿਸੇ ਨੇ ਆਖਿਆ ਤੈਨੂੰ ਅਸਮੇਧ ਜੱਗ ਦਾ ਫਲ ਮਿਲੇ। ਸ਼੍ਰੀ ਭਗਤ ਪ੍ਰੇਮ ਪ੍ਰਕਾਸ਼ ਵਿੱਚ ਇਹ ਗੱਲ ਲਿਖੀ ਹੈ ਬੜੀ ਕਮਾਲ ਦੀ। ਦੋ ਗੁਰਸਿੱਖ ਉੱਠ ਕੇ ਖੜ੍ਹੇ ਹੋਏ, ਕਹਿੰਦੇ ਸਾਡੇ ਪਾਸ ਬੜਾ ਫਲ ਪਿਆ ਵਾ ਅਤੇ ਸਾਨੂੰ ਇੱਛਾ ਨਹੀਂ ਇਹਦੀ, ਅਸੀਂ ਆਪਦੀ ਕਮਾਈ ਕਰਕੇ ਰੋਟੀ ਖਾਂਦੇ ਦਸਾਨੋਵਾਂ ਦੀ, ਸਾਨੂੰ ਇੱਛਾ ਨਹੀਂ, ਅਤੇ ਤੂੰ ਲੈਣਾ ਤਾਂ ਲੈ ਲਾ। ਚਲੋ ਉਹਨੂੰ ਦੇ ਤਾ। ਉਹਨਾਂ ਆਖਿਆ ਵੀ ਸਿੱਖੋ, ਤੁਹਾਡੇ ਪਾਸ ਤਾਂ ਪੈਸਾ ਨਹੀਂ ਅਤੇ ਸਮੇਧ ਯੱਗ ਕਿੱਥੋਂ ਹੋ ਗਿਆ ਤੁਹਾਡਾ? ਉਹਦੇ ਵਾਸਤੇ ਤਾਂ ਪਾਂਡਵ ਤੱਕ ਵਿਚਾਰੇ ਕੰਗਾਲ ਹੋ ਗਏ, ਉਹ ਵੀ ਧਾਰੇ ਮੰਗਣੇ ਪਏ, ਭਗਵਾਨ ਕ੍ਰਿਸ਼ਨ ਜੀ ਵਿਚੋਲੇ ਪਏ। ਉਹਨਾਂ ਕੁਬੇਰ ਨੂੰ ਆਖਿਆ ਦੇ ਦੇ, ਮੇਰੀ ਭੂਆ ਦੇ ਪੋਤਾ ਮੋੜ ਦੇਣਗੇ। ਅੱਗੇ ਉਹ ਕੁਬੇਰ ਕਿਹੜਾ ਘੱਟ ਸੀ, ਉਹਨੂੰ ਪਤਾ ਸੀ ਸਾਡਾ ਸੁਭਾਅ। ਉਹ ਕਹਿੰਦਾ ਮੇਰਾ ਇੱਕ ਹੀ ਸਵਾਲ ਆ, ਮੈਂ ਦੇ ਦੂੰਗਾ ਪੈਸੇ, ਪਰ ਇੱਕ ਸਵਾਲ ਦਾ ਮੈਨੂੰ ਜਵਾਬ ਦੇ ਦਿਓ, ਲਓਗੇ ਕਿਹੜੇ ਮੂੰਹ ਨਾਲ ਅਤੇ ਮੋੜੋਗੇ ਕਿਹੜੇ ਮੂੰਹ ਨਾਲ। ਅਰਜਨ ਬੜਾ ਤਿੜਿਆ ਸੀ, ਕਹਿੰਦਾ ਜਿੱਦਾਂ ਲਏ ਉੱਦਾਂ ਦੇਵਾਂਗੇ। ਉਹ ਕਹਿੰਦਾ ਇਹ ਸਭ ਤੋਂ ਝੂਠਾ, ਇਹਨੂੰ ਬਾਹਰ ਕੱਢੋ। ਭੀਮ ਕਹਿੰਦਾ ਸੀ ਮੇਰੇ ਤੋਂ ਤਗੜਾ ਕੋਈ ਨਹੀਂ, ਉਹਨੇ ਵੀ ਲੋੜ ਤੋਂ ਵੱਧ ਝੂਠ ਬੋਲਤਾ, ਪੈਸਿਆਂ ਖਾਤਰ ਲੋਕ ਕਰਦੇ। ਅਖੀਰ ਯੁਧਿਸ਼ਟਰ ਨੂੰ ਜਾਣਾ ਪਿਆ, ਕਹਿੰਦਾ ਮਹਾਰਾਜ ਹੱਸ ਕੇ ਲਵਾਂਗੇ, ਪਰ ਜਿੱਦਣ ਦੇਣ ਦੀ ਵਾਰੀ ਆਈ ਰੋਂਦੇ ਦੇਵਾਂਗੇ। ਸੱਚ ਤਾਂ ਆਈ, ਪੈਸੇ ਲੈਣੇ ਬੜੇ ਸੌਖੇ, ਜਦੋਂ ਦੇਣੇ ਪੈਂਦੇ ਲੜਾਈਆਂ, ਉਹ ਭਰਾ ਭਰਾ ਗੁੱਸੇ ਹੋ ਜਾਂਦੇ ਪੈਸਿਆਂ ਬਦਲੇ। ਇਸ ਕਰਕੇ ਸਿਆਣੇ ਕਹਿੰਦੇ ਦਿਉ ਹੀ ਨਾ ਅਤੇ ਸਿਆਪਾ ਪਵੇ ਹੀ ਨਾ, ਹੁਣ ਇੱਥੇ ਲੋਕ ਖਲੋ ਗਏ ਆਉਣ। ਉਹਨੇ ਆਖਿਆ ਮਹਾਰਾਜ ਮੇਰੇ ਭਰਾ ਲੋੜ ਤੋਂ ਵੱਧ ਗੱਲ ਕਰਦੇ ਆ, ਲੈਣ ਲੱਗੇ ਬੜੇ ਖੁਸ਼ ਹਾਂ, ਪਰ ਜਿੱਦਣ ਦੇਣ ਦੀ ਵਾਰੀ ਆਈ ਸਾਨੂੰ ਪਤਾ ਬੜੇ ਔਖੇ ਹੋ ਕੇ, ਸ਼ਾਇਦ ਮੁੱਕਰ ਵੀ ਜਾਈਏ। ਚਲੋ ਉਹ ਧਰਮੀ ਬੰਦਾ ਸੀ, ਉਹਨਾਂ ਮੁੜੇ ਵੀ ਆ ਬਾਅਦ 'ਚ, ਉਹ ਕੰਗਾਲ ਹੋ ਗਏ ਅਤੇ ਆਮ ਬੰਦਾ ਕਿੱਥੋਂ ਯੱਗ ਕਰੂਗਾ। ਉੱਥੇ ਦੋ ਸਿੱਖ ਉੱਠੇ, ਸਾਧ ਸੰਗਤ 'ਚ ਪੱਲਾ ਪਾ ਕੇ, ਕਹਿੰਦੇ ਸਾਡੇ ਤੋਂ ਹਜ਼ਾਰਾਂ ਪਏ ਆ ਜੀ, ਜਿੰਨੇ ਲੈਣੇ ਲੈ ਸਕਦੇ, ਸਾਨੂੰ ਇੱਛਾ ਨਹੀਂ। ਉਹ ਸਰਦਾਰ ਨੇ ਪੁੱਛਿਆ ਤੁਹਾਡੇ ਕੋਲ ਕਿਵੇਂ, ਇਸ ਗੱਲ ਨੂੰ ਨਾ ਉਲਟ ਨਾ ਲਿਓ, ਕਿਉਂ ਪੁਰਾਣੇ ਸਮੇਂ ਤਿੰਨ ਦਿਨ ਹੀ ਹੁੰਦੇ ਸੀ ਇਕੱਠੇ ਹੋਣ ਵਾਸਤੇ, ਮੱਸਿਆ, ਪੁੰਨਿਆ ਅਤੇ ਸੰਗਰਾਂਦ।
ਅੱਜ ਕੱਲ੍ਹ ਵਾਂਗ ਐਤਵਾਰ ਦੀ ਛੁੱਟੀ ਨਹੀਂ ਸੀ ਹੁੰਦੀ, ਇਹ ਈਸਾਈਆਂ ਨੇ ਸ਼ੁਰੂ ਕੀਤੀ। ਈਸਾਈਆਂ ਦਾ ਜਿਹੜਾ ਰੱਬ ਆ ਨਾ, ਉਹ 7 ਦਿਨ ਮੇਰੇ ਖਿਆਲ ਨਾਲ ਕੰਮ ਕੀਤਾ, ਪਤਾ ਨਹੀਂ 6 ਦਿਨ 7ਵੇਂ ਦਿਨ ਥੱਕ ਗਿਆ, ਸੁੱਤਾ ਰਿਹਾ 10 ਵਜੇ ਤੱਕ। ਇਸ ਕਰਕੇ ਐਤਵਾਰ ਦੀ ਛੁੱਟੀ ਕਰਦੇ, ਇਹ ਸਿੱਖਾਂ 'ਚ ਨਹੀਂ ਹੈ ਕੋਈ ਇਹੋ ਜਿਹੀ ਗੱਲ। ਤਾਂ ਬੇਨਤੀ ਕਰਾਂ, ਉਹਨਾਂ ਦੋ ਸਿੱਖਾਂ ਨੇ ਹੱਥ ਜੋੜ ਕੇ ਆਖਿਆ, ਸਾਡਾ ਨਿਯਮ ਆ ਵੀ ਅਸੀਂ ਹਰ ਮੱਸਿਆ ਹਰ ਪੁੰਨਿਆ ਆਪਣੇ ਘਰੋਂ ਨੰਗੇ ਪੈਰੀ ਤੁਰ ਕੇ ਹਰਿਮੰਦਰ ਸਾਹਿਬ ਸੇਵਾ ਕਰਨ ਜਾਂਦੇ, ਹਰਿਮੰਦਰ ਸਾਹਿਬ ਦੀ ਸੇਵਾ ਕਰਦੇ। ਇਸ ਕਰਕੇ ਸਾਡੇ ਤੋਂ ਬੜੇ ਪਏ ਆ ਜਿੰਨੇ ਮਰਜ਼ੀ ਲੈ ਲਾ, ਮੈਂ ਤੁਹਾਨੂੰ ਬੇਨਤੀ ਕਰੂੰਗਾ ਮੇਰੇ 'ਤੇ ਵੀ ਤਰਸ ਕਰੋ, ਤੁਹਾਡੇ ਤੋਂ ਬੜੇ ਪਏ ਆ, ਤੁਸੀਂ ਬਹੁਤ ਸਮਾਗਮ ਕਰਦੇ, ਇੱਕ ਅੱਧਾ ਮੈਨੂੰ ਵੀ ਦੇ ਦਿਉ, ਜਿਸ ਕਰਕੇ ਮੇਰਾ ਵੀ ਭਲਾ ਹੋ ਜੇ, ਲੋਕ ਸੁਖੀਏ, ਪਰਲੋਕ ਸੁਹੇਲੇ। ਐਸੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਦੁਨੀਆ ਤਾਰਨ ਵਾਸਤੇ ਅੱਜ ਵਡਿਆਈ ਮਿਲੀ, ਉਹ ਸਿੰਘਾਸਣ 'ਤੇ ਬਹਿ ਕੇ ਸੰਸਾਰ ਦਾ ਭਲਾ ਕਰਦੇ ਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਲੇਖੈ ਕਤੇ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਈ, ਸੋਡੀ ਸ੍ਰਿਸ਼ਟ ਸਗਲ ਧਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬੜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।